अस्सलाम वालेकुम जी नाज़रीन। यार लो जी नाज़रीन, मैं तुहानू नज़र दा होना चीज़ां इधर चेक कर दे रहा हीरो दे ने ओ मेरे ओ मेरे वाला ओ फैसल देखी जाओ तुसी भी नाल नाल सारे फैसल नर स्टैप लगन दे रहा रे तू बड़ी केवरिया रे लगन दई तेल कितना महंगा हो गया वेखा आटा भी कितना महंगा हो गया नहीं को गल कर ए देख यार ये बाल की दे सुनी रे रे ओए अल्लाह माफी ओ या अल्लाह माफी ओ या गीत ओ या गीत ओ मेरे मौला तोवा तो टोरी मेरी लगी है सब तो टोरी मेरी लगी नादरीन दरा वेखी जाना इधर उरे आ देख रहे टी टाइम मेरे नाल फरीद साबरी चुबे इसके बाद फैसल रामे टीको आप मैं बिल्कुल टीकू खुश रहो बाद रहो साल गिरा मुबारक नाजरीन मैं सजादी जानी तुसी देख रहे टी टाइम हुन तुसी मेरी छोटी भैन फरीदा खानम मुलाजा फरमाओ क्यों है ओ लाख लाख हुन वीडियो ही बना दियां ना कही आई छोड़ ओए फ्री साबड़ी क्या करो जरा साजी ना करो साजी ओ यार सही था साजी ऊपर फैसल रामे उस्ताजी ना डरदा व्याह में उस्ताजी मेरे आज कैसा नादली मजा आया कैसा शुगर पाया शुगर नहीं पाया यार को गलत यार ते की गल करी लो जी मैं ना पता की गल आ भाई दी गल सुन लो तू यार या खबर आ रहा के मैं आ गया या हूं चल आ गया हेडलाइन सुनो सब तो पहले गोगा फायर दू गिन पत्थर लगी हो गिन कर दो बेड़े कनक थाटे बेड़े कनक कर दो टीरा महंगी कर करके आ दस जरा इन्हों दस तू भी दस यार अंदर बैठे ना पता नहीं केड़ी जुस्तजू है पानी खोली हुई है हाँ? नहीं यार ओए होए फरीदा वे की क्या दे आई यार मेरे मौला भाजी देख लो मोबाइल एक संबंध है फ्री तू ना मुंह खोलना बस खैर तू मुंह खोल चले अब पैदा लगा
ਕਰੋ ਕੀ ਜੈ ਲਾ ਜਾ ਚੱਕਰ ਕਿਚ 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 ਉਹ ਤੋਂ ਲੈ ਫ੍ਰੀ ਤੂੰ ਨਾ ਮੂੰਹ ਬੰਦ ਕਰਕੇ ਦਿਖਾਉਣਾ ਮੈਨੂੰ ਮੂੰਹ ਬੰਦ ਕਰ ਨਹੀਂ ਮੈਨੂੰ ਚਾਹਤੇ ਏਦਾਂ ਬੰਦ ਕਰ ਲੈ ਵੀ ਤੂੰ ਮੂੰਹ ਬੰਦ ਕਰ ਸਾਕਨਾਰ ਦੀਆਂ ਖਬਰਾਂ ਸੁਣ ਲਓ ਲਓ ਜੀ ਨਾਜ਼ਰੀਨ ਤੁਸੀਂ ਵੇਖੀ ਜਨਾਬ ਇਹ ਚੈੱਕ ਕਰਨਾ ਅਸਲਾਮ ਵਾਲੇਕੁਮ ਨਾਜ਼ਰੀਨ ਟੀ ਟੈਮ ਮੈਂ ਖੁਸ਼ੀ ਆਉਂਦੀ ਮੈਂ ਹੂੰ ਇਹ ਮਿਸੀ ਸਜਾਦ ਜਾਨੀ ਮੇਰੇ ਸਾਥ ਮੇਰੀ ਬਾਜੀ ਫਰੀਦਾ ਬਾਜੀ ਅੱਗੇ ਮੇਰੀ ਸਭ ਤੋਂ ਵੱਡੀ ਛੋਟੀ ਧੀ ਹੈ ਮੇਰੀ ਹੈਲੋ ਕਿਆ ਹਾਲ ਹੈ ਠੀਕ ਹੋ ਆਈ ਐਮ ਫਾਈਨ ਗੁੱਡ ਈਵਨਿੰਗ ਉਹ ਮੇਰੀ ਕੁੜਕੁੜੀ ਸਾਹਮਣੇ ਬੈਠੀ ਦਾਨ ਕੀ ਲੋ ਜੀ ਨਾਲ ਰਹੇ ਠੀਕ ਆ ਮੋਟਰਸਾਈਕਲ ਬਾਹਰੋਂ ਚੁੱਕੀ ਗਈ ਕਹਿ ਤਾਜੀ ਤੁਹਾਡੀ ਮੋਟਰਸਾਈਕਲ ਬਾਹਰੋਂ ਚੁੱਕੀ ਗਈ ਚੱਲ ਮੈਂ ਕਹਿੰਦਾ ਚੱਲ ਤੇਰੇ ਸੀਰੀਅਸ ਹੈ ਫਰੀਦ ਬਾਅਦ ਤੇਰੀ ਮੋਟਰਸਾਈਕਲ ਚੁੱਕੀ ਗਈ ਲੋ ਜੀ ਨਾਜ਼ਰੀਨ ਬਸ ਅੱਧਾ ਸ਼ੋ ਤੇ ਹੋਰ ਅੜੀ ਹੋ ਗਿਆ ਯਾਰ ਮੈਂ ਅੰਦਰ ਬੈਠਾ ਕਰ ਰਿਹਾ ਸੀ ਐਟਮਾਂ ਬਹਿ ਕੇ ਪਤਾ ਨੀ ਕਿਹੜੀ ਜੁਸਤ ਜੂ ਲਾਈ ਆਪਾਂ ਐਸੀਆਂ ਐਸੀਆਂ ਲੱਭ ਕੇ ਲਿਆਂਦੇ ਇੱਕ ਦਿਨ ਉਹ ਨੀ ਸੀ ਕੱਢ ਲਿਆ ਲਓ ਜੀ ਸਾਰੇ ਆਪਾਂ ਵਾਕੀ ਟਾਕੀ ਤੇ ਗੱਲ ਕਰ ਰਹੇ ਕੈਸਾ ਸੀ ਉਹ ਤਾਰੇ ਚੰਦਰਾ ਓਕੇ ਓਵਰ ਪੂਰਾ ਤੂੰ ਇਹ ਦੱਸ ਹੈ ਕੈਸਾ ਸੀ ਐਟਮ ਪੂਰੀ ਹਫਤਾ ਕਰ ਰਹੀ ਹੋ ਯਾਰ ਯਾਰ ਵੈਸੇ ਕਮਾਲ ਸਤਾ ਜੀ ਤੁਹਾਡੀ ਆਬਜ਼ਰਵੇਸ਼ਨ ਬੜੀ ਗੱਲ ਲੱਭਦੇ ਸਤਾ ਜੀ ਤੁਸੀਂ ਡੇਲੀ ਕੁਛ ਨਾ ਕੁਛ ਕਰ ਦਿੰਦੇ ਤੇ ਤੁਸੀਂ ਆਪਣੇ ਅਚਾਰ 'ਚ ਮਰਚਾਂ 'ਚ ਸ਼ੈਂਪੂ ਚ ਵੀ ਕੁਛ ਨਾ ਕੁਛ ਪਾਇਆ ਗੁਰ ਨਵੇਂ ਤੋਂ ਨਵਾਂ ਨਹੀਂ ਕੁਛ ਨੀ ਪਾਈਦਾ ਅਸਲੀ ਰੱਖੀਦਾ ਅਸਲੀ ਰੱਖੀਦਾ ਮੇਰੀ ਗੱਲ ਸੁਣ ਜੇ ਉਹਨਾਂ ਨੇ ਟੀਮ 'ਚ ਕੁਛ ਨਵਾਂ ਪਾ ਲਿਆ ਫਿਰ ਚੁੱਪ ਅੱਛਾ ਫਿਰ ਦੇਖੀ ਗੱਲ ਦੱਸੋ ਉਸਤਾਦ ਜੀ ਹੁਣ ਤੁਸੀਂ ਕਿਹਾ ਸੀ ਨਵੀਂ ਆਈਟਮ ਤੁਹਾਡੇ ਲਈ ਸਰਪ੍ਰਾਈਜ਼ ਆ ਉਹ ਕਿੱਥੇ ਇੱਕ ਤੁਸੀਂ ਪ੍ਰੋਡਕਟ ਲਾਂਚ ਕਰ ਯਾਰ ਉਹ ਪਤਾ ਕੀ ਮੈਂ ਤੁਹਾਨੂੰ ਸਹੀ ਦੱਸਾਂ ਉਹਦੇ ਚਾਲ ਨਾ ਖੀਚਾ ਤਾਂ ਨਹੀਂ ਹੋ ਰਹੀ ਇਹ ਸਹੀ ਨਹੀਂ ਬਣੀ ਨਹੀਂ ਉਹ ਦੋ ਪ੍ਰੋਡਕਟਸ ਨੇ ਨਵੀਆਂ ਇੱਕ ਸਰਫ ਇੱਕ ਪੱਤੀ ਪੱਤੀ ਜਿਹੜੀ ਨਾ ਉਹ ਜਿਹੜਾ ਮੇਰਾ ਭਾਈ ਹੈ ਨਾ ਉਹ ਕਹਿੰਦਾ ਯਾਰ ਪੱਤੀ ਬਿਲਕੁਲ ਖਾਲਸ ਆ ਮੈਨੂੰ ਜਿਹੜੀਆਂ ਆਮ ਦੂਜੀਆਂ ਨੇ ਨਾ ਲਿਪਟਨ ਟਾਈਪ ਮੈਂ ਉਹਦੇ ਨਾਲ ਬੁਲਾ ਬੁਲਾ ਕੇ ਉਨੀ ਪਾ ਕੇ ਮੈਂ ਉਹਨੂੰ ਕਿਹਾ ਯਾਰ ਲਿਪਟਨ ਥੋੜੀ ਪੈਂਦੀ ਹੈ ਜ਼ਿਆਦਾ ਪੈਂਦੀ ਹੈ ਕਹਿੰਦਾ ਪਾਏ ਨੇ ਤੇ ਜੇ ਰੰਗ ਨਹੀਂ ਹੈਗਾ ਇਹ ਕੁਦਰਤੀ ਰੰਗ ਹੈ ਇਹਨੂੰ ਪਕਾਉਣਾ ਵੀ ਪੈਣਾ ਵਾ ਮੈਂ ਕਿਹਾ ਫਿਰ ਤੂੰ ਇਹ ਰਹਿਣ ਦੇ ਕਿਉਂਕਿ ਲੋਕਾਂ ਦਾ ਇੱਕ ਮਾਇੰਡ ਸੈੱਟ ਹੋਇਆ ਸਹੀ ਅਸੀਂ ਉਹਨੂੰ ਕਹਾਂਗੇ ਜੀ ਤੁਸੀਂ ਜ਼ਿਆਦਾ ਪਾਓ ਉੱਤੋਂ ਇਹਨੂੰ ਪਕਾਓ ਉਹ ਮੈਨੂੰ ਕਹੀ ਜਾਂਦਾ ਕਿ ਭਾਏ ਤੁਸੀਂ ਇਹ ਇੱਕ ਵਾਰੀ ਦਿਓ ਤੇ ਸਹੀ ਨਾ ਕਿਸੇ ਨੂੰ ਇਹ ਚੈਨ ਬਣੇ ਇਹਦੇ 'ਚ ਕੋਈ ਉਹ ਮੈਨੂੰ ਕਹਿੰਦਾ ਤੂੰ ਕਹਿੰਦਾ ਤਾਂ ਮੈਨੂੰ ਕਰਾਰ ਕਰ ਦੇਣਾ ਥੋੜਾ ਜਿਹਾ ਮੈਂ ਕਿਹਾ ਉਹ ਨਹੀਂ ਕਰਨਾ ਨਹੀਂ ਨਹੀਂ ਉਸਤਾਦ ਜੀ ਮੈਂ ਵੀ ਇੱਕ ਚੀਜ਼ ਲਾਂਚ ਕਰ ਰਿਹਾ ਉਹ ਭਾਈ ਪੱਤੀ ਜਿਹੜੀ ਨਾ ਉਹ ਹੈ ਵਾ ਉਹ ਤੁਸੀਂ ਮੰਗਾ ਕੇ ਦੇਖ ਲੈਣਾ ਲੇਕਿਨ ਮੈਨੂੰ ਟੇਸਟ ਉਹਦਾ ਸਹੀ ਆ ਲੇਕਿਨ ਮੈਨੂੰ ਇੰਝ ਲੱਗਾ ਕਿ ਜਿਵੇਂ ਨਾ ਉਹ ਥੋੜੀ ਜ਼ਿਆਦਾ ਵੀ ਪੈਂਦੀ ਹੈ ਤੇ ਕਾੜਨੀ ਵੀ ਜ਼ਿਆਦਾ ਪੈਂਦੀ ਤੇ ਬਣਦੀ ਬਹੁਤ ਮਜ਼ੇਦਾਰ ਜਿਹੜੀ ਅਗਰ ਚੀਜ਼ ਖਾਲਸ ਹੋਵੇ ਤਾਂ ਉਹ ਭਾਈ ਉਹ ਤੁਸੀਂ ਦੇਖ ਲੈਣਾ ਦੂਸਰੀ ਗੱਲ ਹੈ ਸਰਫ ਸਰਫ ਦਾ ਮੈਂ ਨਾਂ ਰੱਖਿਆ ਕਿਹੜਾ ਫੈਸਲ ਫਰੀਦ ਨਹੀਂ ਕਿਹੜਾ ਫੈਸਲ ਫਰੀਦ ਕਿਸੇ ਸਾਫ ਕਰਨ ਵਾਲੀ ਚੀਜ਼ ਦਾ ਨਾਂ ਨਹੀਂ ਰੱਖੀਦਾ ਗੰਦੀ ਹੋਈ ਚੀਜ਼ ਦਾ ਰੱਖੀਦਾ ਫੈਸਲ ਫਰੀਦ ਨੂੰ ਧੋਣ ਲਈ ਆਓ ਕੀ ਨਾਂ ਰੱਖਿਆ ਉਹਦਾ ਮੈਂ ਨਾਂ ਸਤਾ ਜੀ ਉਹਦੀ ਤੂੰ ਸ਼ਕਲ ਦੇਖਣੀ ਆ ਕਿ ਉਹ ਮੈਂ ਜਾਂ ਅੰਦਰੋਂ ਡੱਬਾ ਫੜ ਕੇ ਲਿਆ ਸਰਫ ਵਾਲਾ ਉੱਤੇ ਸਰਫ ਸਰਫ ਹੀ ਹੁੰਦਾ ਉਹਦਾ ਸ਼ਕਲ ਕੀ ਹੁੰਦੀ ਜਿਹੜਾ ਸਰਫ ਹੋਣਾ ਤੂੰ ਮੈਨੂੰ ਦੱਸੀ ਵੀ ਇੱਦਾਂ ਦਾ ਸਰਫ ਵੇਖਿਆ ਸਰਫ ਸਰਫ ਚ ਬੜਾ ਫਰਕ ਹੁੰਦਾ ਵਾ ਜਿਹੜਾ ਸਰਫ ਇੰਨੀ ਕੁ ਗੱਲ ਆ ਤੂੰ ਚੈੱਕ ਕਰ ਲਾ ਬਸ ਇਹ ਕੰਮ ਸਰਫ ਇਨਸਾਨ ਉਹਨਾਂ ਦਾ ਸਰਫ ਬਿਹਤਰੀਨ ਪੱਤੀ ਕੱਢੀ ਆ ਉਹ ਵੀ ਆਪਣੀ ਕੱਢਣ ਲੱਗੇ ਆ ਲਾਂਚ ਕਰਨ ਲੱਗੇ
कपत्ती नहीं नहीं उस्ताद जी क्रीम ये नहीं कहना मैं जानी क्रीम ताड़े नाम तो क्रीम मैं करनी है उस्ताद जी ना ना मैं सुने हैं कि दुनिया च कोई ऐसी क्रीम नहीं होती जिहड़ी ताड़ी ओरिजिनल स्किन नू वाइट कर दे बगैर नुकसान तो ये मैं सुनी गल किसी बहुत बड़े बंदे साफ कर दंदे नहीं नहीं वो भी कोई मेडिकेटेड जिहड़ियां मेडिकेटेड क्रीमां ने ना वो कोई तुहानू वो तुहानू कोई प्रॉब्लम होवे ते हां मतलब ताड़ी स्किन ते खराबी हो गई जिदा मैं डॉक्टर अरफमान साहब दे कोला थोड़े दिन पहले गया सी ते मैं उन्होंने कहा कि देख यार वो भी क्या शहजादा बंदे ने कसम है सिर दे सिर दे लो जी तुसीं मैनूं शक्ल दसनी है सरफ दी कि तुसीं सरफ देखिया आ हा दानेदार सरफ वाह वाह फैसल साहब ताजी क्या बात है सच्ची मुची जी तुसी मैनूं शकल दसो ना शकल दसनी कि तुसी सरफ देखिया जिहड़ा आप इन्ना चिट्टा कपड़े दा की हाल है और स्मेल स्मेल आई इत्थे आ रही है पाइन ओरिजिनल ओरिजिनल बिल्कुल जी एक सैंपल दे तौर ते तुसी अगर मैनूं दबो ना है जी सैंपल दे तौर ते दे अच्छा जी हुण इहदा मैं जिहड़ा नाम रख्या वड्डा ही नाम रखता मैं इहदा कीड़ी ना सरफ दा मैं नाम रख्या खुशवाश सरफ दिल करना मैं खा जावा यार बहुत प्यारा सर ऐ ओके आ तुसी भावें मंगा लो लेकिन हाले ना 5-7 दिन लगने बनाउंदे मैं सैंपल बनाया सी फिर मैं कपड़े धो के देखे ते सही हो गया यार बहुत प्यारा यार 80 रुपए किलो दा की महंगा फरीद हां सही गल किन्ने रुपए दा साई में 80 नहीं ओए 80 वाले नु छड़ तू आ लेके देखी नहीं एदी गल करदे हो ताजी मैं एही गल करदे हां 80 रुपए दा सिर्फ डब्बा आ इहदा आ आहो ते 20 दा सर अच्छा उस्ताद जी नेक्स्ट जेडी प्रोडक्ट तुसी मेनू कहया सी बस हाले इन्नी है नहीं नहीं ओ तुसी लोशन वालो कहया सी जेड़ा घोड़े आ नहीं नहीं ओ नहीं हां ओ नहीं घोड़े खत्म हो गए बस अच्छा उस्ताद जी मैं कह रहा सी कि एक अधिक टीज मैं भी लॉन्च करनी जा रहा हां मैं क्रीम लॉन्च करा क्योंकि मेरा रंग चिट्टा हो रहा है क्रीम मैं तुम दसया ना हां तेरा रंग नहीं चिट्टा हो सकदा क्यों नहीं हो सकदा उस्ताद जी मैं सिर्फ भी नहीं वेख सकदा फिर नहीं रंग चिट्टा करने वाली क्रीम ते तुहानू की लगदा वा कि ओ सही नहीं हुंदी नहीं दवाई 15 मिनट ऐदा ही बहने एडे प्यार ਉਹ ਦੇਖ ਕੇ ਪਤਾ ਕੀ ਕਰਦੇ ਮਤਲਬ ਮਰੀਜ਼ ਆਪਣੇ ਲੋ ਆਇਆ ਬਹੁਤ ਓਏ ਮੈਂ ਮਰ ਗਿਆ ਹਾਏ ਪਤਾ ਨਹੀਂ ਉਹਨਾਂ ਨੇ ਦੇਖਣਾ ਠੀਕ ਹੋ ਜੇ ਬੰਦਾ ਕਹਿੰਦਾ ਮੈਂ ਸਦਕੇ ਜਾਵਾਂ ਤੁਹਾਡੇ ਐਡੇ ਪਿਆਰ ਵਾਲੇ ਜੀ ਨੇ ਤੇ ਗੱਲ ਇਹ ਹੈ ਕਿ ਮੈਨੂੰ ਬੜੇ ਸਾਰੇ ਦੋਸਤ ਕਹਿੰਦੇ ਯਾਰ ਤੁਸੀਂ ਇਹਦਾ ਨਾਂ ਦੱਸ ਦਿਆ ਕਰੋ ਡਾਕਟਰਾਂ ਦਾ ਨਾਂ ਦੱਸਿਆ ਕਰੋ ਖੁਦਾ ਨਾ ਖਾਸਤਾ ਕੋਈ ਮੈਡੀਸਨ ਨਹੀਂ ਸੂਟ ਕਰਦੀ ਬੰਦੇ ਨੂੰ ਇਨਫੈਕਸ਼ਨ ਹੋ ਜਾਂਦਾ ਕੋਈ ਤੇ ਉਹਨਾਂ ਨੇ ਕਹਿੰਦਾ ਲਓ ਜੀ ਜਾਨੀ ਨੇ ਦੱਸਿਆ ਸੀ ਭਾਜੀ ਉਹ ਮੇਰੇ ਨਾਲ ਇੱਕ ਵਾਰੀ ਹੋਇਆ ਸੀ ਉਹ ਐਡੇ ਵੱਡੇ ਜ਼ਰਫ ਦੇ ਮਾਲਕ ਨੇ ਇੱਕ ਵਾਰੀ ਨਾ ਮੈਂ ਉਹਨਾਂ ਕੋਲ ਗਿਆ ਤੇ ਮੈਡੀਸਨ ਉਹਨਾਂ ਨੇ ਲਿਖ ਕੇ ਦਿੱਤੀ ਮੈਂ ਖਾਧੀ ਤੇ ਮੈਨੂੰ ਜ਼ਿਆਦਾ ਪ੍ਰੋਬਲਮ ਸ਼ੁਰੂ ਹੋ ਗਈ ਤੇ ਮੈਂ ਉਹਨਾਂ ਦੇ ਬਲੀਵ ਇੰਨਾ ਕਰਦਾ ਸੀ ਮੈਂ ਖਾਈ ਗਿਆ ਉਹ 2-3 ਦਿਨ 'ਚ ਜ਼ਿਆਦਾ ਮਸਲਾ ਖਰਾਬ ਹੋ ਗਿਆ ਮੈਂ ਉਹਨਾਂ ਦੇ ਕੋਲ ਗਿਆ ਦੁਬਾਰਾ ਮੈਂ ਕਿਹਾ ਡਾਕਟਰ ਸਾਹਿਬ ਐ ਮੈਨੂੰ ਇਸ ਤਰ੍ਹਾਂ ਹੋ ਰਿਹਾ ਉਹਨਾਂ ਨੇ ਪਰਚੀ ਦੇਖੀ ਦਵਾਈ ਦੇਖੀ ਉਹਨਾਂ ਨੇ ਅਗਲੇ ਲਫ਼ਜ਼ ਪਤਾ ਸੀ ਕਹਿੰਦੇ ਬੇਟਾ ਮੈਂ ਮਾਜ਼ਰਤ ਚਾਹਤਾ ਹੂੰ ਆਪ ਪਲੀਜ਼ ਮੈਨੂੰ ਮਾਫ਼ ਕਰ ਦੇ ਮੇਰੇ ਸੇ ਨਾਲ ਦਵਾਈ ਲਿਖਨੇ ਮੈਂ ਥੋੜ੍ਹੀ ਸੀ ਮਿਸਟੇਕ ਹੋ ਗਈ ਵੱਡਾ ਵੱਡਾ ਡਰਾਗਰ ਉਹ ਨਾ ਕਹਿੰਦਾ ਸਿਰਫ ਇੰਨਾ ਹੀ ਕਹਿ ਦਿੰਦੇ ਨਾ ਕਿ ਕੋਈ ਬਾਤ ਨਹੀਂ ਮੈਂ ਚੇਂਜ ਕਰ ਦਿੱਤਾ ਤੇ ਮੈਨੂੰ ਕਿਉਂ ਲੇਕਿਨ ਉਹਨਾਂ ਨੇ ਕਿੱਡੇ ਪਿਆਰ ਨਾਲ ਕਿਹਾ ਕਿ ਮੇਰੇ ਕੋਲ ਗਲਤੀ ਹੋ ਗਈ ਦਵਾਈ ਲਿਖਣ 'ਚ ਮੇਰੇ ਕੋਲ ਮਿਸਟੇਕ ਹੋ ਗਈ ਉਹ ਮੈਂ ਦੂਜੀ ਖਾਧੀ ਆ ਤਾਂ ਮੈਂ ਠੀਕ ਹੋ ਗਿਆ ਉਹਨਾਂ ਕੋਲ ਮੈਂ ਹੁਣ ਗਿਆ ਸੀ ਤੇ ਉਹ ਜਨਾਬ ਨਹੀਂ ਕ੍ਰੀਮ ਦਾ ਸਤਾਜ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਇੱਕ ਦਵਾਈ ਆ ਜਿਸ ਨਾਲ ਆ ਮੌਕੇ ਜਿਹੜੇ ਨਾ ਕੁਛ ਇੱਥੇ ਕਰਕੇ ਖੁਸ਼ੀ ਦੇ ਮੌਕੇ ਸੀ ਇੱਥੇ ਜ਼ਰਾ ਥੋੜੇ ਉਹ ਜਿਹੜੇ ਮੌਕੇ ਬਾਰ ਬਾਰ ਨਹੀਂ ਮਿਲਦੇ ਉਹ ਸੀ ਹਾਂ ਇੱਥੇ ਮੌਕੇ ਮੈਂ ਲਾ ਲਾ ਸੀ ਇੱਧਰੋਂ ਜਿਹੜਾ ਕਹਿੰਦੇ ਨੇ ਸੀ ਯਾਰ ਇਹ ਮੌਕਾ ਹੱਥੋਂ ਨਾ ਜਾਣ ਦੇ ਉਹ ਸੀ काफी किस्म दे हर किस्म दा मौका सी उत्ते ਤੁਹਾਡੇ ਮੌਕਾ ਮਿਲੇਗਾ ਤੋ ਵੀ ਸੀ ਨਾ ਹਾਂ ਤੋ ਹਮ ਬਤਾ ਦੇਗੇ ਤੋ ਹਮ ਲਵਾ ਦੇਗੇ ਬਾਰ ਬਾਰ ਮਿਲਣ ਨਾਲ ਉਹਨਾਂ ਨੇ ਕਿਹਾ ਜੀ ਇੱਕ ਕਰੀਮ ਆ ਦਵਾਈ ਦੇਾਂਗਾ ਉਹ ਤੁਸੀਂ ਲਾਈ ਜਾਣੀ ਉਹਦੇ ਨਾਲ ਝੜ ਜਾਣਗੇ ਲੇਕਿਨ ਇੱਕ ਐਸਾ ਵਾ ਕਿ ਇੱਥੇ ਲੰਮੇ ਪਵੋ ਤੇ ਮੈਂ ਹੁਣੇ ਟਿਕ ਟੁਕ 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 ਕਰਕੇ ਲੇਕਿਨ ਉਹਦੇ ਨਾਲ ਥੋੜੀ ਜੀ ਪੇਨ ਹੋਣੀ ਮੈਂ ਕਿਹਾ ਪੇਨ ਪੇਨ ਕੇ ਬਿਸਤਰ ਪੇ ਤੋ ਲੇਟ ਲੇਟ ਕੇ ਜਵਾਨ ਹੋਇਆ ਆਪਨ ਲੇਟ ਲੇਟ ਕੇ ਜਵਾਨ ਠੀਕ ਪੇਨ ਕੇ ਬਿਸਤਰ ਤੇ ਉਹ ਲੰਮੇ ਪੈ ਗਏ ਜਿਸ ਦਿਨ ਆਪਨ ਕੋ ਕੋਈ ਪੇਨ ਨਹੀਂ ਹੁੰਦੀ ਉਸ ਦਿਨ ਆਪਨ ਦਿਨ ਬੋਰਿੰਗ ਗੁਜ਼ਰਦਾ ਸਹੀ ਗੱਲ ਬਿਡੂ ਮੈਂ ਕਿਹਾ ਡਾਕਟਰ ਸਾਹਿਬ ਓਕੇ ਉਹਨਾਂ ਨੇ ਭਾਈ ਲੰਮੇ ਪਾਇਆ ਉਹਨਾਂ ਨੇ ਫੜ ਕੇ ਨਾ ਯਾਰ ਕਾਵਿਆ ਨਹੀਂ ਹੁੰਦਾ ਗਰਮ ਕਾਵਿਆ ਇੰਜ ਲੱਗਣਾ ਜਿਵੇਂ ਗਰਮ ਕਾਵਿਆ ਕਰਕੇ ਨਾ ਇੰਜ ਤੇਰੇ ਲਾਤਾ ਵਾ ਜੈਨੂਅਨ ਲਾਤਾ ਉਹ ਮੌਕੇ ਦੇ ਉੱਤੇ ਉਹਨਾਂ ਨੇ ਲਾਇਆ ਖੈਰ ਮੇਰੀ ਅੱਖਾਂ 'ਚੋਂ ਪਾਣੀ ਜੀ ਵੋ ਕਰਕੇ ਉਹਨਾਂ ਨੇ ਕਿਹਾ ਜੁੱਠੂ ਉਹਨਾਂ ਨੇ ਕਿਹਾ ਜੀ ਹੁਣ ਇਹ 2-3 ਦਿਨ ਬਾਅਦ ਆਪੇ ਹੀ ਝੜ ਜਾਣਗੇ
ਦੋ ਦਿਨ ਲੰਘੇ ਨੇ ਪਾਏ ਨੇ ਉਹ ਬਿਲਕੁਲ ਤੇ ਤੁਸੀਂ ਮੈਨੂੰ ਦੱਸ ਦਿਓ ਸਾਈ ਸਾਡੇ ਬਾਰੀ ਨਹੀਂ ਹੈਗਾ ਇੱਕ ਮਿੰਟ ਦੇ ਵਿੱਚ ਚਿੱਟੀ ਜੀ ਦਵਾਈ ਲਾਉਂਦਾ ਬੂਹੇ ਨਾਈ ਦੇ ਕੋਲ ਬਾਰੀ ਨਾਈ ਉਹ ਬਾਰੀ ਨਾਈ ਖੱਟਣ ਗਿਆ ਤੇ रंग नहीं क्रीम दूजिया क्रीम तीजिया क्रीम हम देखना मेरी स्किन मतलब ए मेरी होर इथो मेरी स्किन हुआ सारा साफ आ स्किन ना यार चमड़ी आ दे आ दे आ दे स्किन ठीक है ते ए जेड़ा ना उन्होंने मेनू कहया ताडा फिर के ना आवारा गर्दी धुप्पे स्ट्रगल ते उन्होंने कहया तुसी ए चीज देखो अपनी ते ए चीज देखो ए ताडी साफ आ ए साफ आ क्यों इत्थे धुप्प नहीं पई उन्होंने कहया नक ने धुप्प रोकी इहदी हां थलड़े होंड ने धुप्प रोकी इहनां दी ते कलर देखो इहदा कलर देखो ते इहो कलर देखो ए कहिंदा उहदी वजह तों डॉक्टर साहब का कह रंग चिटा करने मेरा रंग चिटा कर देने रंग ਹੈਪੀ ਲੈ ਕਾ ਲਿਆਂ ਦੇ ਡਾਕਟਰ ਮੈਂ ਉਸਤਾਦ ਜੀ ਤੁਹਾਡੇ ਨਾਮ ਤੋਂ ਲੈਣੀ ਜਾਨੀ ਵਾਸ਼ਿੰਗ ਕਰੀ ਨਹੀਂ ਮੈਂ ਮੇਰੇ ਨਾਮ ਤੋਂ ਕੁਝ ਨਹੀਂ ਮੈਂ ਬਣਾਣੀ ਉਸਤਾਦ ਉਹ ਇਹ ਬਣਾਏਗਾ ਤੂੰ ਆਪਣਾ ਕੰਮ ਨਹੀਂ ਆਪਣਾ ਕੰਮ ਨਹੀਂ ਤੁਸੀਂ ਲਾਂਚ ਕਰ ਨਹੀਂ ਲਾਂਚ ਤੁਸੀਂ ਕਹਿ ਦੇਣਾ ਹੈ ਤੁਸੀਂ ਕਹਿ ਦੇਣਾ ਠੀਕ ਹੈ ਫਰੀ ਲਾਂਚ ਫਰੀਦ ਨੇ ਉਸਤਾਦ ਜੀ ਉਹ ਮੈਡੀਸਨ ਨਾਲ ਦਾ ਕੰਮ ਸ਼ੁਰੂ ਕਰਨ ਲੱਗਾ ਯਾਰ ਤੂੰ ਉੱਥੇ ਲਾਂਚ ਤੇ ਮੈਂ ਆਉਣਾ ਚੱਲ ਨਹੀਂ ਫਰੀਦ ਨੇ ਮੈਡੀਸਨ ਦਾ ਕੰਮ ਕਰਨਾ ਮੈਂ ਮੈਡੀਸਨ ਦਾ ਕਰਨਾ ਨਹੀਂ ਨਹੀਂ ਮੈਂ ਮਹਿੰਗਾ ਕੰਮ ਸ਼ੁਰੂ ਕਰਨਾ ਚਾਹੁੰਦਾ ਮੈਂ ਬੱਚਿਆਂ ਦੀ ਰੱਬਾ ਬਣਾਉਣਾ ਮੈਂ ਇੱਕ ਕੈਪਸੂਲ ਬਣਾ ਰਿਹਾ ਕਾਹਦੇ ਵਾਸਤੇ ਬਣਾਉਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਮੈਂ ਚਾਹ ਵੀ ਪੀਆ ਕਰਨੀ ਖਾ ਨਹੀਂ ਉਹਦੇ ਨਾਲ ਤੁਹਾਡੇ ਖੁਲੀਆ ਤੇ ਨਿਜ਼ਾਮ ਜਿਹੜਾ ਨਾ ਖੂਨ ਦਾ ਗਰਦਿਸ਼ੇ ਅਯਾਮ ਉਹ ਠੀਕ ਹੋਏਗਾ ਤੁਹਾਡੇ ਵਾਈਟ ਸੈੱਲ ਪੂਰੇ ਹੋਣਗੇ ਰੈੱਡ ਸੈੱਲ ਪੂਰੇ ਹੋਣਗੇ ਤੁਹਾਡੇ ਡਬਲ ਏ ਦੇ ਸੈੱਲ ਪੂਰੇ ਹੋਣਗੇ ਤਸੀਬਾਂ ਦੇ ਸੈੱਲ ਰਿਮੋਟ ਵਾਲੇ ਵੀ ਪੂਰੇ ਹੋ ਜਾਣਗੇ ਤਸੀਬਾਂ ਦਾ ਫਾਇਦਾ ਕੀ ਹੋਏਗਾ ਤੁਹਾਡੇ ਸੈੱਲ ਪੂਰੇ ਹੋਣਗੇ ਖੁਸ਼ਬਾਸ਼ ਸੈੱਲ ਕਿਹੜੇ ਮਤਲਬ ਘੜੀ ਵਾਲੇ ਸੈੱਲ ਕਿਹੜੇ ਨਹੀਂ ਨਹੀਂ ਬਲੱਡ ਦੇ ਅੰਦਰ ਸੈੱਲ ਹੁੰਦੇ ਆ ਵਾਈਟ ਸੈੱਲ ਫਲਾਦ ਪਲੇਟਲੈਟਸ ਮੇਰੇ ਵਾਈਟ ਸੈੱਲ ਪੂਰੇ ਕਰੇਗਾ ਜਿਹੜਾ ਬਣਾਵੇ ਉਹੀ ਉਹਦੇ ਤੁਸੀਂ ਕਿਉਂ ਇੰਜ ਕਰਦੇ ਹੋ ਜੇ ਤੇ ਕਾਮਯਾਬ ਹੋ ਗਿਆ ਮੈਂ ਤੇ ਫਿਰ ਮੈਂ ਇੱਕ ਆਪਣੇ ਲਈ ਹੋਰ ਬਣਾ ਲਾਂਗਾ ਬਸ ਠੀਕ ਹੋ ਮੇਰੇ ਵੀ ਸੈੱਲ ਸੁੱਲ ਪੂਰੇ ਕਰ ਨਹੀਂ ਤੇਰੇ ਸੈੱਲ ਉਹਦੇ ਕਚਹਿਰੀ ਬਾਜ਼ਾਰ ਘੜਿਆਂ ਵਾਲੇ ਕੋਈ ਘੜੀਆਂ ਵਾਲੇ ਕੋਈ ਨਹੀਂ ਮੈਂ ਸਾਜੀ ਕ੍ਰੀਮ ਲਾਂਚ ਕਰਨ ਲੱਗਾ ਹਾਂ ਠੀਕ ਹੈ ਉਹਦੀ ਤੁਸੀਂ ਯਾਨੀ ਕਿ ਡਿਸਟ੍ਰੀਬਿਊਸ਼ਨ ਲੈਣੀ ਹੈ ਤੁਸੀਂ ਮੇਰੇ ਕੋਲੋਂ ਠੀਕ ਹੈ ਯਾਰ ਨਾ ਵੀ ਲਾਂਚ ਕਰ ਮਸਲਾ ਵਾ ਨਾ ਉਹਨੂੰ ਇਹ ਵਿਰਾਸਤ ਚ ਮਿਲਿਆ ਨਾ ਘਰੋਂ ਜਿਹੜੀ ਚੀਜ਼ ਉਹਨੇ 6 ਕਰੀਮਾਂ ਸੀ ਮਿਕਸ ਕਰਕੇ ਨਾ ਉਹ ਬੇਸਿਕ ਜਿਹੜੀ ਲਾਂਚ ਕਰਨੀ 6 ਕਰੀਮਾਂ ਸੀ ਮਿਕਸ ਕਰਕੇ ਇੱਕ ਛੋਟੀ ਜਿਹੀ ਡੱਬੀ ਬਣਾਉਣੀ ਉਹਦੀਆਂ ਨਾ ਕੋਈ 79 ਕੁ ਡੱਬੀਆਂ ਬਣਦੀਆਂ ਨੇ ਤੇ ਉਹ ਉਸਤਾਦ ਜੀ 70 ਰੁਪਏ ਦੀਆਂ 80 ਰੁਪਏ ਦੀ ਪੈਗੀ ਤਾਂ ਹਰਾਮ ਖਾਨ ਦੇ ਸਿੱਧਾ ਸਿੱਧਾ ਪਾਗਲ ਤੂੰ ਹਰਾਮ ਖਾਨ ਦੇ ਨਹੀਂ ਤੁਸੀਂ ਉਹ ਕਰੀਮ 6 ਡੱਬੀਆਂ ਲਿਆ ਕੇ ਤਾਂ 80 ਕਰੀਮਾਂ ਬਣਾ ਦਿੰਦੇ ਜੀ ਭਾਈ ਨੇ ਡੀਡੀ ਡੱਬੀ ਯਾਨੀ ਕਿ ਕਈ ਨਹੀਂ ਅਫੋਰਡ ਕਰ ਸਕਦੇ ਭਾਈ ਇਹੋ ਜਿਹੇ ਬੰਦੇ ਨੇ ਸ਼ਰਮਿੰਦਾ ਜੇ ਮੋਟਰਸਾਈਕਲ ਤੇ ਬਿਊਟੀ ਪਾਰਲਰ ਦੇ ਬਾਹਰ ਖਲੋਤੇ ਕਿੱਧਰ ਉਹ ਨਾਲ ਤੇਰੀ ਭਰਜਾਈ ਦਾ ਅੱਛਾ ਉਸਤਾਦ ਜੀ ਆ ਜਿਹੜਾ ਸਰਫ ਵਾਕਈ ਮਤਲਬ ਕਿ ਉਸ ਹਿਸਾਬ ਦੇ ਨਾਲ ਤੇ ਸਹੀ ਹੈ ਯਾਰ ਅੱਛਾ ਤੇ ਆਵਾ ਮੈਂ ਇੱਕ ਦਾਗ ਵੀ ਲਾ ਲੇ ਸਰ ਹੈ ਅੰਬ ਦਾ ਇਹ ਦਾਮਨ ਦੇ ਦਾਗ ਵੀ ਧੋ ਦੇ ਵਾਹ ਉਹ ਜਿਹੜੇ ਉਹ ਮੋਬਲੈਲ ਦੇ ਪੈਟਰੋਲ ਮੈਂ ਕਹਿੰਦਾ ਤੈਨੂੰ ਮੈਂ ਕਿਹਾ ਜਿਹੜੇ ਤੁਹਾਡੇ ਜ਼ਮੀਰ ਤੇ ਦਾਗ ਰਹੇ ਉਹ ਵੀ ਧੋ ਦੇਗਾ ਜਿਹੜੇ ਤੁਸੀਂ ਫਲ ਫਰੂਟ ਦਾਗੀ ਖਾਂਦੇ ਰਹੇ ਉਹ ਵੀ ਧੋ ਦੇ ਉਹ ਵੀ ਇਹਨੂੰ ਧੋ ਲੋ ਤੇ ਦਾਗ ਖਤਮ ਕਰ ਚਿੱਗ ਵੀ ਕਰਦਾ ਕਿ ਨਹੀਂ ਚਿੱਗ ਚਿੱਗ ਸਾਡੀ ਚੱਗ ਚਿੱਗ ਚਿੱਗ ਕਰਦਾ ਚਿੱਗ ਨਹੀਂ ਹੁੰਦਾ ਚਾਗ ਹੁੰਦਾ ਚਾਗ ਜਾਗ ਚਾਗ
उमरे दराज मांग के लाए थे अचार दिन आपस की गल बहुत सोहना उस करन डे काम होना चाहिए बिजनेस होना चाहिए बड़े माड़े माड़े काम करते हैं माफ करने तेरा नक छोटा हो सकता गुस्से भी नहीं तरह कोई तरीका नहीं है इग्नोर करते दरवाजा है ना बारी नक दे के जोर दी बंद कर दिया हर टाइम बैठे ऐदा खाब कर दे रहा करो मतलब गली च लम्मे पै जाएगा जेड़ा नंगे पैर रख के लंघी जो दो दिन चोरियां कराया करो नक पैर रखा गया मैं डॉक्टर नु गया मंगया फैजल ने कहा 12,500 दे दी ठीक है ਇਥੋਂ ਕਹਿੰਦਾ ਜੀ ਭਾਈ ਸ਼ੀਸ਼ਾ ਸਾਹਮਣੇ ਰੱਖ ਕੇ ਨਾ ਫੈਜ਼ਲ ਸਾਹਿਬ ਕੱਪੜਾ ਲਾ ਕੇ ਹੈ ਕੱਪੜਾ ਲਾ ਕੇ ਨਹੀਂ ਕੱਪੜਾ ਨਹੀਂ ਉਹਨੇ ਕਹਿੰਦਾ ਸ਼ੀਸ਼ਾ ਸਾਹਮਣੇ ਰੱਖ ਕੇ ਮੈਂ ਤੁਹਾਨੂੰ ਦੱਸਾਂ ਤੁਸੀਂ ਦੱਸਣਾ ਮੈਨੂੰ ਕਿ ਫੈਜ਼ਲ ਸਾਹਿਬ ਐਡਾ ਕਰਨਾ ਐਡਾ ਕਰਨਾ ਐਡਾ ਕਰਨਾ ਪਤਾ ਤੇਰਾ ਮੂੰਹ ਵੱਡਾ ਵਾ ਨੱਕ ਛੋਟਾ ਹੋ ਗਿਆ ਬੁਰਾ ਲੱਗੇਗਾ ਮੂੰਹ ਦੇ ਹਿਸਾਬ ਨਾਲ ਬਿਲਕੁਲ ਵੱਡਾ ਵਾ ਰਹਿਣ ਦੇ ਦਈ ਬਿਲਕੁਲ ਨਾ ਫਿੱਟ ਨਹੀਂ ਅੱਛਾ ਪਤਾ ਕੀ ਇਹ ਤੇਰਾ ਕੰਮ ਹੋਣਾ ਜਿਹੜੇ ਮਿਸਤਰੀ ਨਹੀਂ ਘਰ ਖੁਰੇ ਵਾਸਤੇ ਕਿ ਯਾਰ ਖੁਰਾ ਬਣਾ ਦਿਓ ਉਹ ਖੁਰਾ ਬਣਾਉਣ ਲੱਗਾ ਕਹਿੰਦਾ ਭਾਜੀ ਖੁਰਾ ਤੇ ਬਣ ਗਿਆ ਫਰਸ਼ ਵੀ ਬਣਾ ਲਓ ਉਹ ਫਰਸ਼ ਬਣਾਉਣ ਲੱਗਾ ਕਹਿੰਦੇ ਭਾਜੀ ਹੁਣ ਫਰਸ਼ ਉੱਚਾ ਹੋ ਗਿਆ ਛੱਤਾਂ ਨੀਵੀਆਂ ਹੋ ਗਿਆ ਥੋੜੀਆਂ ਛੱਤਾਂ ਵੀ ਉੱਚੀਆਂ ਕਰਾ ਲਓ ਤੇ ਜਿੱਥੇ ਛੱਤਾਂ ਉੱਚੀਆਂ ਕਰਾਉਣੀਆਂ ਕੰਧਾਂ ਵੀ ਨਵੀਆਂ ਹੀ ਕਰਾ ਲਓ ਤੂੰ ਨੱਕ ਛੋਟਾ ਕਰਾਉਣਾ ਤੇ ਉਹਨੇ ਕਹਿਣਾ ਬੁੱਲ ਵੱਡੇ ਹੋ ਗਏ ਭਾਜੀ ਚਲੋ ਬੁੱਲ ਵੀ ਛੋਟੇ ਕਰ ਲਓ ਨੱਕ ਸਹੀ ਕਰਨ ਦੀ ਕੋਸ਼ਿਸ਼ ਕੀਤੀ ਨਾ ਇਹਦਾ ਮੂੰਹ ਦੀ ਢਾਲ ਖਰਾਬ ਹੋ ਜਾਣੀ ਤੂੰ ਪਤਾ ਕੀ ਵੱਡਾ ਛਾਪਰ ਲੈ ਕੇ ਮੂੰਹ ਤੇ ਪਾ ਕੇ ਨਾ ਥੱਲਿਓ ਬੰਨ ਲਾ ਫਿਰ ਕੀ ਹੋਏਗਾ ਉਹਦੇ ਨਾਲ ਬਾਹਰੋਂ ਹਵਾ ਨਹੀਂ ਪੇਗੀ ਉਹਦੀ ਉਹ ਨਹੀਂ ਹੋਏਗਾ ਵਧੇ ਫੁੱਲੇਗਾ ਨਹੀਂ ਹਾਂ ਵਧੇ ਫੁੱਲੇਗਾ ਨਹੀਂ ਅਫਵਾਇਸ਼ ਨਹੀਂ ਹੋਏਗੀ ਉਹਦੀ ਜਿੰਨੇ ਤੇ ਨੱਕ ਭਾਰ ਟੁਰਿਆ ਕਰੇ ਇਦਾਂ ਵੀ ਕਰ ਨਹੀਂ 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 ਹਾਂ ਯਾਰ ਉਂਝ ਮੈਂ ਡਾਈਟਿੰਗ ਸ਼ੂਟਿੰਗ ਸ਼ੁਰੂ ਕੀਤੀ ਹੋਈ ਆ ਡਾਈਟਿੰਗ ਕਿਨੂੰ ਕਹਿਣਾ ਵਾ ਹੈ ਐਕਸਰਸਾਈਜ਼ ਯਾਰ ਉਹ ਵੁੱਡੀ ਦਾ ਵੁੱਡ ਪੈਕਰ ਨਹੀਂ ਹਾਂ ਉਹਨਾਂ ਦੇ ਨਾਲ ਜਾਇਆ ਕਰ ਉਹਦੇ ਨਾਲ ਉਹ ਦਰਖਤ 'ਚ ਉਹਨਾਂ ਦੇ ਘਰ ਨਾਲ ਬਣਾਇਆ ਕਰ ਟਕ 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 ਹਾਂ ਯਾਰ ਉਹ ਵੀ ਮੈਂ ਦੇਖਿਆ ਕੀ ਰੱਬ ਨੇ ਉਹਨਾਂ ਦੀ ਸਖਤ ਵੁੱਡ ਮੇਕਰ ਵੁੱਡ 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 ਪੈਕਰ ਵੁੱਡ ਵੁੱਡ ਪੈਕਰ ਵੁੱਡ 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 ਪੈਕਰ ਹੁਦ ਹੁਦ हालांकि तू इंज मार दिमाग घूम जांदा उड्डी जोर दी मार दे दिमाग च भी कोई चक्कर नहीं हुंदा वह कौंसला बनाउंदी अपना दिमाग इहदा घूम ही नहीं सकदा क्यों इन्ने हल्ले तक सलफ ही नहीं मारे दिमाग नूं नहीं नहीं पता की गल अंग्रेज जदों हुंदे सी ना पुराने दौर च जिहड़ा हुद हुद हुंदा सी ना मरिया होया
ਉਹਦੀ ਚੁੰਝ ਨਾਲ ਬੰਦਾ ਮਾਰ ਦਿੰਦੇ ਸੀਗੇ, ਇੰਨੀ ਤਾਕਤ ਹੁੰਦੀ ਹੈ ਇਹਦੀ ਚੁੰਝ ਦੀ। ਯਾਰ ਮੈਂ ਰਿਸਰਚਰ ਹਾਂ, ਮੈਂ ਪੜ੍ਹਿਆ ਹੋਇਆ ਵਾ ਨਾ। ਸਹੀ ਗੱਲ, ਸਹੀ ਗੱਲ। ਠੀਕ ਹੈ, ਉਹਦੀ ਚੁੰਝ ਨਾਲ ਬੰਦਾ ਮਾਰ ਦਿੰਦੇ। ਤੂੰ ਆਪਣਾ ਨੱਕ ਠੀਕ ਕਰਾ ਲੈ। ਉਹ ਨੱਕ ਯਾਰ ਮੈਂ ਤੇਰਾ ਨਹੀਂ ਸਹੀ, ਮਜ਼ਾਕ ਨਹੀਂ ਹੋਵੇ। ਨੱਕ ਮੇਰਾ ਸਹੀ ਹੈ, ਸਿਰਫ ਸੁਰਾਖ ਇੱਕ ਛੋਟਾ ਸੁਰਾਖ ਇੱਕ ਵੱਡਾ ਸੁਰਾਖ ਉਸਤਾਦ ਜੀ। ਮੈਂ ਕਹਿੰਦਾ ਸੁਰਾਖ ਬਰਾਬਰ ਹੋ ਜਾਣਾ। ਜਿਹੜਾ ਛੋਟਾ ਸੁਰਾਖ ਆ ਉਧਰੋਂ ਇਕੱਲਾ ਮੋਟਰਸਾਈਕਲ ਦਾ ਰਸਤਾ ਰੱਖੋ। ਯਾਰ ਮੈਂ ਤੈਨੂੰ ਦੱਸਦਾ ਨਾ, ਤੂੰ ਮੈਂ ਤੈਨੂੰ ਤਰੀਕਾ ਦੱਸਦਾ। ਤੂੰ ਨਾ ਅੱਜ ਤੇਰਾ ਅਸਲ ਇੱਥੋਂ ਰੌਲਾ ਵਾ ਬਸ ਇੰਨਾ ਇਹ ਰੌਲਾ। ਹਾਂ, ਇਹਨੂੰ ਥੋੜ੍ਹਾ ਇੰਜ ਅੰਦਰ ਹੋ ਕੇ ਨਾ, ਮੈਂ ਤੈਨੂੰ ਦੱਸਦਾ ਇਹਨੂੰ ਇੰਜ ਕਰਕੇ ਨਾ ਇੱਥੋਂ ਇੱਥੋਂ ਇੰਜ ਕਰਕੇ ਅਤੇ ਇੱਥੋਂ ਇੱਥੋਂ ਕਰਕੇ ਅੰਦਰ ਕਿਤੇ ਚੱਲ ਜਾਵੇ ਨਾ ਥੋੜ੍ਹਾ। ਬਸ ਕੀ ਮਿਲਿਆ, ਕੁਛ ਮਿਲਿਆ, ਚੰਗਾ ਭਲਾ ਫਰਕ ਪੈ ਗਿਆ ਜੀ। ਹਾਂ ਲਓ, ਚਲੋ ਚਾਹ ਹੁਣ ਤੇ ਉਦਾਂ ਹੀ ਆ। ਆਹੋ, ਫਿਰ ਇੱਕ ਦੋ ਵਾਰੀ ਹੋਰ ਕਰਾਵੇ ਇੱਦਾਂ ਹੀ ਰਹਿਣਾ। ਉਸਤਾਦ ਜੀ ਨੂੰ ਚਾਹੀਦਾ ਇੱਥੇ ਮੂੰਹ ਤੇ ਨਾ ਕਨਾਟ ਲਵਾ ਕੇ ਨਾ ਬੋਲਾਂ ਦਿੱਤਾ, ਇੱਥੇ ਮਿਸਤਰੀ ਸ਼ੁਰੂ ਕੰਮ ਕਰਵਾ, ਮਿਸਤਰੀ ਲਵਾ। ਸਹੀ ਗੱਲ ਆ, ਜਿੰਨੇ ਹੁੰਦਾ ਨਾ ਜਿੰਨੇ ਹੁੰਦਾ ਸਾਂਦੇ ਕਾਲ ਛੋਟਾ ਹੋਏ। ਬਰਾਦਰੀ ਚ ਨਾ ਕੋਈ ਹਰਕਤ ਐਸੀ ਕਰ, ਵੱਡਿਆ ਜਾ ਬਰਾਦਰੀ। ਵੱਡਿਆ ਵਾ ਇਹ ਤੇ ਵੈਸੇ ਲਈ ਫਿਰ। ਅੱਛਾ, ਵੱਢਣ ਤੋਂ ਬਾਅਦ ਵੱਢਿਆ, ਵੱਢਣ ਤੋਂ ਬਾਅਦ ਇਹ ਬੱਚੇ ਆ। ਉਹ ਮੇਰੇ ਬੋਲਾ ਮੇਰੇ ਨਾ ਅੱਬੂ ਕਰ ਬੈਠਾ ਯਾਰ, ਇਹਦਾ ਨੱਕ ਵੱਡਾ ਨਹੀਂ ਸੀ ਹੋਣਾ ਸ਼ੁਰੂ ਸ਼ੁਰੂ ਚ ਨਾ, ਇਹਦੇ ਘਰ ਦੇ ਇਹਨੂੰ ਇੰਜ ਚੁੱਕ ਲੈਂਦੇ ਸੀ ਨੱਕ ਤੋਂ। ਜਿਹੜੇ ਮੇਰੇ ਅੱਬੂ ਕਹਿੰਦੇ ਸੀ ਬੇਟਾ ਗਰਦਨ ਕਟਾ ਲਈ ਪਰ ਨੱਕ ਨਾ ਕਟਾਈ। ਨਹੀਂ, ਮੂੰਹ ਦੇ ਹਿਸਾਬ ਨਾਲ ਸਹੀ ਹੈ ਨੱਕ। ਨਹੀਂ ਉਸਤਾਦ ਜੀ, ਸਹੀ ਹੈਗਾ ਵਧੀਆ ਵਾ, ਉਸ ਹਿਸਾਬ ਨਾਲ ਨੱਕ ਨੀ ਸਹੀ ਹੈਗਾ ਉਸਤਾਦ ਜੀ। ਪਤਾ ਕੀ, ਤੁਸੀਂ ਅਪਰੇਟ ਕਰਾਓ ਮੇਰਾ। ਅੱਛਾ, ਨੱਕ ਦਾ ਤੂੰ ਕਰ ਲੇਗਾ, ਅੱਖਾਂ ਦੇ ਜਿਹੜੇ ਪੈਂਚਰ ਲੱਗੇ ਨੇ ਉਹ ਪੱਕੇ ਪੈਂਚਰ ਲੱਗੇ ਲੱਗਦੇ ਵੇਖ। ਤੇ ਮੈਂ ਕੀ ਕਹਿ ਰਿਹਾ ਸਾਰਾ ਹੁਣ, ਪਤਾ ਕੀ, ਤੂੰ ਕਿਸੇ ਬੰਦੇ ਨਾਲ ਨਾ ਆਵੇ, ਆਹ ਦਾ ਵੀ ਹਿਸਾਬ ਲਾ। ਤੈਨੂੰ ਮੈਂ ਉਦਣ ਕਿਹਾ ਸਲਵਾਰ ਕਮੀਜ਼ ਪਾਇਆ ਕਰ। ਉਸਤਾਦ ਜੀ ਗੱਲ ਪਤਾ ਕੀ, ਮੈਂ ਤੁਹਾਨੂੰ ਕਿਹਾ ਪਾ ਲੈਣੀ ਸੀ ਤੁਸੀਂ ਗਾਲਾਂ ਹੀ ਐਸੀਆਂ ਪਾਈਆਂ ਉਹਨੇ। ਨਹੀਂ ਫਿਰ ਕੀ ਹੋਇਆ? ਨਹੀਂ ਨਹੀਂ ਤੇ ਠੀਕ, ਕੀ ਹੋਇਆ? ਕੁਛ ਵੀ ਨਹੀਂ। ਪਤਾ ਕੀ ਗੱਲ ਉਸਤਾਦ ਜੀ, ਕੁਛ ਨਹੀਂ, ਮੈਂ ਕੁਛ ਨਹੀਂ ਕਿਹਾ, ਮੈਂ ਕੁਛ ਕਿਹਾ ਪਛਾਣ ਲਈ ਉਹਨੇ ਉਹਨੇ। ਮੈਂ ਤੈਨੂੰ ਇਹ ਕਹਿ ਰਿਹਾ ਕਿ ਤੂੰ ਕਿਸੇ ਨਾਲ ਨਾ ਉੱਕਾ ਪੁੱਕਾ ਸੌਦਾ ਮਾਰ, ਪੂਰੇ ਮੂੰਹ ਦਾ ਵਿੱਚ ਹੀ ਅੱਖਾਂ ਨੱਕ ਬੁੱਲ ਦੰਦ ਗੱਲਾਂ ਸਾਰਾ। ਕੰਪਨੀ ਨਾਲ ਗੱਲ ਕਰੇ ਨਾ, ਬੰਦੇ ਦਾ ਤੇ ਕੰਮ ਹੀ ਨਹੀਂ। ਨਹੀਂ ਇੱਕ ਮਿੰਟ, ਸੌਦਾ ਕਿਹਦੇ ਨਾਲ ਮਾਰਨਾ ਉਸਤਾਦ ਜੀ? ਕਿਸੇ ਵੀ ਸਹੀ ਡਾਕਟਰ ਨਾਲ ਸਹੀ। ਤਿੰਨ ਚਾਰ ਚੀਜ਼ਾਂ ਸ਼ਿਫਟ ਹੋਣ ਵਾਲੀਆਂ, ਸਿਰਫ ਨੱਕ ਥੋੜਾ ਜਿਹਾ ਮੈਂ ਕਹਿੰਦਾ ਹੋ ਜਾਵੇ, ਅੱਖਾਂ ਦੇ ਹਲਕੇ ਹਲਕੇ ਤੇ ਆ ਪਰਵੱਟੇ ਵੀ ਉੱਡੀ ਜਾ ਰਹੇ ਆ। ਪਰਵੱਟੇ ਨਹੀਂ, ਉਹ ਮਰੇ ਹੋ ਤੂੰ, ਪਰਵੱਟੇ ਉੱਡੀ ਜਾ ਰਹੇ ਆ। ਆਪਣੀਆਂ ਅੱਖਾਂ ਤੇ ਅੱਧੀ ਕ ਲਾ ਲੈ, ਇੱਕ ਛਿਆ ਚੋ ਇੱਕ ਕੱਢ ਕੇ ਲਾ ਲੈ। ਨਹੀਂ ਯਾਰ, ਉਹ ਬੰਦੇ ਨੂੰ ਕਿਹਾ ਸੀਗਾ ਉਸਤਾਦ ਜੀ ਨੂੰ ਕੈਪਸੂਲ ਹੈਗੇ ਨੇ, ਉਹ ਇੰਜੈਕਸ਼ਨ ਲਵਾ ਦੇਣ, 6 ਇੰਜੈਕਸ਼ਨ ਨੇ ਉਹ ਲਵਾ ਦੇਣ ਮੇਰਾ ਰੰਗ ਜੀ ਨੂੰ। ਕੂਚੀ ਲੈ ਕੇ ਨਾ ਤੇ ਅੱਖਾਂ ਤੇ ਇੰਜ ਸਿਰਫ ਪਾ ਕੇ ਮਾਰ। ਨਹੀਂ ਸਰ ਜੀ, ਮੈਨੂੰ ਟੀਕੇ ਲਵਾ ਦਿਓ, 7 ਟੀਕੇ ਤਕਰੀਬਨ ਹੈ 70,000 ਰੁਪਏ ਦੇ। ਚੱਕੇ ਸਿੱਧੇ ਕਰ, 7 ਨਹੀਂ ਜਾਂ ਤੇ 14 ਲਵਾ ਤੁੰਨੀ ਤੇ। ਹਾਂ, ਫਿਰ ਉਹਦੇ ਨਾਲ ਬੱਚੇ ਆਪਣੇ ਕੋਲ ਇਹਨੂੰ ਦੰਦੀ ਵਢਾਉਣੀ ਪੈਣੀ। ਨਹੀਂ ਨਹੀਂ ਯਾਰ ਉਸਤਾਦ ਜੀ, ਉਹ ਤਾਂ ਕੁੱਤਾ ਪਵੇ ਫੇਰ ਵੱਡੀ ਦੇਣ, ਜਿਹੜੇ ਤੁਸੀਂ ਮੈਨੂੰ ਜੈਨੂਅਨ ਰੰਗ ਚਿੱਟਾ ਕਰਨ ਵਾਲੇ ਇੰਜੈਕਸ਼ਨ ਹੈ ਉਹ ਤੇਰੇ ਰੰਗ ਨੂੰ ਕੁਛ ਨਹੀਂਗਾ। ਸਹੀ ਆ, ਮੈਨੂੰ ਮਸਲਾ ਵੇ ਕਿ ਤੁਹਾਨੂੰ ਮਸਲਾ ਫੁੱਲੋਂ ਜੈਸਾ ਰੰਗ ਹੈ ਤੇ ਅਸੀਂ ਵੇਖਣ ਨੇ, ਸਾਨੂੰ ਸਹੀ ਲੱਗਣ ਦੇ, ਤੈਨੂੰ ਕੀ ਤਕਲੀਫ ਹੈ? ਮੈਂ ਬੈਠਦਾ, ਮੇਰੇ ਕੋਲ ਉੱਠ ਨਹੀਂ ਹੁੰਦਾ। ਜਿੱਥੇ ਮਸ਼ੀਨ ਪਈ ਹੁੰਦੀ ਉੱਥੇ ਬਹਿ ਜਾਣਾ ਜਾ ਕੇ, ਡਾਕਟਰ ਕਹਿੰਦਾ ਮੇਰੇ ਸੂਈਆਂ ਚੁਭਦੀਆਂ, ਅੱਖਾਂ ਕੇ ਹਨੇਰਾ ਆ ਰਿਹਾ ਉਸਤਾਦ ਜੀ ਮੇਰੇ। ਉਹ ਆਉਂਦਾ ਹੀ ਆ ਟ੍ਰਾਂਸਫਾਰਮ ਵਾਲੇ ਤੇਲ ਨਾਲ, ਜਦੋਂ ਸਿਰ ਝਸਣਾ ਫਿਰ ਇਦਾਂ ਹੀ ਆ। ਟ੍ਰਾਂਸਫਾਰਮ ਵਾਲਾ ਤੇਲ ਬੜਾ ਕੀਮਤੀ, ਉਹ ਜੋੜਾਂ ਵਾਸਤੇ ਲੱਭਦੇ ਫਿਰਦੇ ਹੁੰਦੇ ਲੋਕੀ। ਸਿਰ ਤੇ ਨਾ ਨਾ ਲਾਵੇ ਭਾਈ। ਪਤਾ ਕੀ ਗੱਲ ਉਸਤਾਦ ਜੀ, ਮੇਰੇ ਨਾ ਪ੍ਰੋਬਲਮਸ ਹੈਗੇ ਨੇ, ਮੈਂ ਸੋਨਾ ਵਾਂ ਲੇਟ ਦਾ ਵਾਂ। ਲੇਕਿਨ ਘਰੇਲੂ ਪ੍ਰੋਬਲਮ ਡਿਸਕਸ ਕਰਨ ਲਈ ਉਹ ਘਰੇਲੂ ਨਹੀਂ ਹੈ ਯਾਰ, ਮੇਰੀ ਜੈਨੂਅਨ ਯਾਰ, ਮੈਂ ਬੈਠਦਾ ਮੇਰੇ ਕੋਲ ਉੱਠ ਨਹੀਂ ਹੁੰਦਾ, ਮੈਨੂੰ ਦੋ ਜਣੇ ਫੜ ਕੇ ਉਠਾਉਂਦੇ ਨੇ। ਇਹਦੇ ਨਾਲ ਰਸੌਲੀਆਂ ਵੀ ਨੇ। ਰਸੌਲੀਆਂ ਕੀ ਹੁੰਦਾ ਉਸਤਾਦ? ਜਦੋਂ ਰਸੌਲੀ ਜਿਹੀ ਲੈਂਦਾ ਮੇਰਾ ਨਾਮ,
ਰਸੋਲੀ ਦਾ ਉਸਤਾਦ ਜੀ ਮੈਨੂੰ ਪਤਾ ਹੀ ਨਹੀਂ ਅੱਲਾ ਰਸੋਲੀ ਤੇਰੇ ਇੱਥੇ ਤੇਰੇ ਗਿਲਟੀ ਟੈਪ ਨਹੀਂ ਕੀ ਗਿਲਟੀ ਰਹਿਮ ਕਰੇ ਉਸਤਾਦ ਜੀ ਕਿੱਦਾਂ ਦੀ ਗੱਲ ਕਰਦੇ ਹੋ ਤੇਰੇ ਰਸੋਲੀ ਨਹੀਂ ਕੀ ਨਹੀਂ ਹੈ ਮੇਰੇ ਉਹਦੇ ਕੋਲ ਜਾਂਦੀ ਛੋਟੀ ਮੋਟੀ ਗਿਲਟੀ ਹੋ ਜਾਂਦੀ ਹੈ ਹੋਰ ਤਾਂ ਕੁਝ ਨਹੀਂ ਮੈਂ ਸਿਰਫ ਜਦੋਂ ਬੈਠਦਾ ਨਾ ਉਸਤਾਦ ਜੀ ਮੇਰੇ ਜਿਸਮ 'ਚ ਚੂਹੀਆਂ ਚੁੱਭਦੀਆਂ ਤੇ ਫਿਰ ਚੂਹੀਆਂ ਸੁੱਭਦੀਆਂ ਮੇਰੇ ਜਿਸਮ 'ਚ ਚੂਹੀਆਂ ਸੁੱਭਦੀਆਂ ਹਾਂ ਮੰਨਦਾ ਨਹੀਂ ਇਹਦੇ ਨਾ ਇੱਥੇ ਰਸੋਲੀ ਆ ਨਹੀਂ ਉਸਤਾਦ ਜੀ ਰਸੋਲੀ ਹੈ ਰਸੋਲੀ ਨਹੀਂ ਹੈਗੀ ਉਸਤਾਦ ਜੀ ਰਸੋਲੀ ਰਸੋਲੀ ਮੈਂ ਕਹਾਂ ਰਸੋਲੀ ਗੱਲ ਕਰ ਰਸੋਲੀ ਉੱਚੀ ਨਹੀਂ ਬੋਲਣਾ ਬਿਲਕੁਲ ਰਸੋਲੀ ਹੈ ਤੇਰੇ ਨਹੀਂ ਉਸਤਾਦ ਤੇਰੇ ਐਡੀ ਐਦਾਂ ਕਿ ਤੇਰੇ ਗਿਲਟੀ ਨਹੀਂ ਹੈਗੀ ਨਹੀਂ ਹੈ ਤੇਰੇ ਡਾਕਟਰ ਨੇ ਨਹੀਂ ਸੀ ਕਿ ਆਪਰੇਸ਼ਨ ਨਾਲ ਨਿਕਲਣੀ ਉਸਤਾਦ ਜੀ ਜਾਣ ਦਿਓ ਖੁਦਾ ਦਾ ਵਾਸਤਾ ਜੀ ਉਹ ਨਿੱਕੇ ਹੁੰਦਿਆਂ ਕਿਤੇ ਰਸੋਲੀ ਪੌਪ ਚੂਸਦਾ ਰਿਹਾ ਨਹੀਂ ਨਹੀਂ ਰਸੋਲੀ ਰਸੋਲੀ ਕੋਈ ਨਹੀਂ ਹੈ ਫਿਰ 50 ਹੋਣੀ ਹੈ ਜੇ ਰਸੋਲੀ ਹੈ ਜੇ ਰਸੋਲੀ ਨਹੀਂ 50 ਹੋਣੀ ਡਾਕਟਰ ਨੇ ਕਿਹਾ ਕਿ ਪੈਣਾ ਸੀ ਇੰਜ ਚੱਕੂ ਟੈਪ ਇੰਜ ਪਾ ਕੇ ਕੱਢ ਲੈਣੀ ਨਹੀਂ ਮੰਨਣ ਦਿਆ ਨਹੀਂ ਭਾਈ ਮੈਂ ਨੀ ਮੈਂ ਡਾਕਟਰਾਂ ਕੋਲ ਮੈਂ ਨੀ ਜਾਣਾ ਸਾ ਜੀ ਕੁਦਰਤੀ ਆ ਲਵ ਲਿਖਿਆ ਹੋਇਆ ਪਤਾ ਨਹੀਂ ਲਵ ਨੀ ਲਿਖਿਆ ਉੱਤੇ ਲਿਖੇ ਉਹਨਾਂ 36 ਨੰਬਰ ਕੈਦੀ ਲਿਖੇ ਨਹੀਂ ਨਹੀਂ ਉਹਨਾਂ ਨੇ ਮਾਰਿਆ ਸੀ ਨਾ ਤੇ ਨਿਸ਼ਾਨ ਫਿਰ ਕੁਦਰਤੀ ਪੈ ਗਿਆ ਲੱਗ ਨਹੀਂ ਲਿਖਿਆ ਲੱਕ ਚ ਹੈਲੀਕਾਪਟਰ ਵਜਾ ਉਹ ਪਾਈ ਉਹਦੀਆਂ ਰੰਗ ਜੇ ਤੁਸੀਂ ਫੈਸਲ ਸਾਹਿਬ ਆਪਣਾ ਪੂਰਾ ਬਾਡੀ ਦਾ ਉਸਤਾਦ ਜੀ ਐਮ ਆਰ ਆਈ ਕਹਿੰਦੇ ਨੇ ਉਹਨੂੰ ਜਿਹੜੀ ਉਹ ਕਰਵਾਈ ਦੀ ਨਹੀਂ ਨਹੀਂ ਪੋਸਟਮਾਰਟਮ ਗੁਰਦੇ ਜਾ ਮਸਲਾ ਵਾ ਨੱਚ ਕੇ ਰੇਲਵੇ ਰੋਡ ਤੋਂ ਗੁਰਦਾ ਫੜ ਕੇ ਲਿਆ ਚੁੱਪ ਕਰਕੇ ਸਰਦਖਾਨੇ ਜਮਾ ਕਰਾ ਦੋ ਉੱਥੇ ਠੰਡ ਲੱਗਣੀ ਪੋਸਟਮਾਰਟਮ ਦਾ ਫਾਇਦਾ ਵਾ ਹਰ ਸ਼ੈ ਸਾਹਮਣੇ ਖੁੱਲ ਕੇ ਆਈ ਹਾਂ ਓਏ ਚਬਲਾ ਮਾਰਦਾ ਪਿਆ ਹੈਗਾ ਫਰੀਦ ਮੈਂ ਤੈਨੂੰ ਕਹਿਣਾ ਸਿਰਫ ਇਹ ਪ੍ਰੋਬਲਮ ਆ ਮੈਂ ਬੈਠਦਾ ਮੇਰੀਆਂ ਲੱਤਾਂ ਹੁਣ ਸੁੱਤ ਆਈ ਜਾਂਦਾ ਇਹ ਗੋਸ਼ਤ ਮਾਟਮ ਬਹੁਤ ਖਾ ਰਿਹਾ ਕੁਛ ਇਹਦੇ ਜਿਹੜੇ ਦੋਸਤ ਮਾਟਮ ਉਹ ਵੀ ਨਹੀਂ ਠੀਕ ਠੀਕ ਹੈ ਨਾ ਤਲੇ ਰੋਸਟ ਮਾਟਮ ਤੇ ਖਾਂਦਾ ਗੈਟ ਲੋਸਟ ਮਾਟਮ ਹੋਇਆ ਪਿਆ ਆਹੋ ਯਾਰ ਹੋਸਟ ਮਾਟਮ ਦੀ ਸਹੀ ਗੱਲ ਸੁਣ ਇਹ ਅਰਫਾਨ ਖੋਸਟ ਮਾਟਮ ਹੋਇਆ ਇਹਦੀਆਂ ਲੱਤਾਂ ਤੇ ਇਹਦੇ ਨਸੀਬ ਸੇਮ ਕੰਮ ਸੁੱਤੇ ਵੀ ਸੁੱਤੀਆਂ ਕੋਈ ਗੱਲ ਨੀ ਉਸਤਾਦ ਜੀ ਜਾਗਣਗੇ ਦੋ ਰਾਣਾ ਜੀ ਪੈਸਲ ਪੈਸਲ ਅੰਮੇ ਦਾ ਦੋ ਰਾਣਾ ਦੋ ਤੈਨੂੰ ਦੌਰ ਪਤਾ ਕਿੱਦਾਂ ਦੇ ਆਉਣੇ ਜਿਹੜੇ ਕਿੱਦਾਂ ਨੀ ਪਤਾ ਡਿੱਗ ਪੈਂਦਾ ਕੀ ਹੋਇਆ ਭਾਜੀ ਦੌਰ ਪੈ ਗਿਆ ਉਹ ਆਉਣੇ ਪਿੱਛੇ ਬੋਲਾਂ ਨੀ ਵੱਜਦਾ ਤੇ ਕਹਿੰਦੇ ਯਾਰ ਮੇਰੇ ਦੌਰ ਪੁਰ ਘੁੰਮ ਪਤਾ ਇਹਨੂੰ ਮਿਰਗੀ ਦੇ ਦੌਰੇ ਵੀ ਪੈਂਦੇ ਆ ਟਾਈਮਿੰਗ ਦਾ ਕੋਈ ਤੁਹਾਡਾ ਪਤਾ ਲੱਗੇ ਤੇ ਜਿਮ ਇੱਥੇ 9 ਵਜੇ ਨਾਲ ਜਿਮ ਸਟਾਰਟ ਹੋ ਕੀ ਪਤਾ ਤੈਨੂੰ ਅੱਧਾ ਘੰਟਾ ਟਿਕਟ ਨਹੀਂ ਗਿਆ ਮਤਲਬ ਉਹ ਨਹੀਂ ਜੋ ਭਰਾਵਾ 3 ਵਜੇ ਦੇ ਆ ਗਏ 2 ਵਜੇ ਦੇ ਆ ਗਏ ਅੰਦਰ ਯਾਰ ਜਿਮ ਜੁਆਇਨ ਕਰ ਲਾ ਮੈਂ ਤੈਨੂੰ ਮਸ਼ੀਨ ਲਿਆ ਦਿੰਦਾ ਦੌੜਨ ਵਾਲੀ ਇੱਥੇ ਦਫ਼ਤਰ ਦੀ ਟਾਈਮਿੰਗ ਦਾ ਸ਼ਡਿਊਲ ਹੀ ਨਹੀਂ 1 ਵਜੇ ਅਸੀਂ ਆ ਕੇ ਅਸੀਂ ਬੈਠੇ ਹੁੰਦੇ ਹਾਂ ਕੋਈ 3 ਵਜੇ ਨਾ ਆ ਰਿਹਾ ਕੋਈ 4 ਵਜੇ ਨਾ ਸਿਰਫ ਸਾਨੂੰ ਹੀ ਤੁਸੀਂ ਦਰੁਸਤ ਕਰਨਾ ਸੀਗਾ ਕਿ ਆਹੀ ਲੇਟ ਯਾਰ 1 ਘੰਟਾ ਜਾਣਾ 1 ਘੰਟਾ ਸਿਰਫ ਜਿਮ ਸੁਬਹਾ ਜਾ 6 ਵਜੇ 7 ਵਜੇ ਨਹੀਂ ਮੈਂ ਸਵੇਰੇ ਕਿੱਥੋਂ ਜਾਣਾ ਫਿਰ ਜਾ ਫਿਰ ਨਹੀਂ ਤੇ ਸ਼ਾਮ ਨੂੰ ਚਲੇ ਜਾਣਾ 7 ਵਜੇ 8 ਵਜੇ ਜਿਮਦਿਆਂ ਨੂੰ ਰੋਂਦਾ ਰਹਿ ਫਿਰ ਉਹ ਬੰਦ ਨਹੀਂ ਕਰਨਾ ਪੂਰਾ ਦੇਖਣਾ ਪ੍ਰੋਗਰਾਮ ਨਹੀਂ ਮਜ਼ਾ ਆ ਰਿਹਾ ਫੋਨ ਸਾਈਡ ਤੇ ਰੱਖ ਦਿਓ ਬਸ ਉਹ ਕੁਛ ਨਹੀਂ ਹੁੰਦਾ ਯਾਰ ਅੱਲਾ ਪਾਕ ਬਿਹਤਰ ਕਰੇਗਾ ਪਤਾ ਕੀ ਗੱਲ ਉਸਤਾਦ ਜੀ ਮੈਂ ਨਾ ਥੋੜ੍ਹਾ ਜਿਹਾ ਗੌਰ ਕਰ ਰਿਹਾ ਮੈਂ ਕਹਿੰਦਾ ਵਾ ਯਾਰ ਉਂਝ ਹੀ ਫਰੀਦ
अज तो मैं 20 साल पिछे चले जावा यार इन्हना दोवां नूं ना मिक्स करके ना धड़ा मार के दो हिस्से कर लो ये दोवें ठीक हो जाएंगे समाज सही है विच हल्का जिहा पा लो जे पार लगना जना ए वड्डे ने ना इन्ना दी गल तो दूर नहीं फैसला ओए यार सजी गल है ਹੁਣ ਉਸਤਾਦ ਜੀ ਨੇ ਪਰਸੋਂ ਛੁੱਟ ਕੇ ਆ ਕੇ ਸਿਗਰਟ ਛੱਡ ਦੋਗੇ ਤੁਸੀਂ ਆ ਵੇਪ ਮੈਂ ਤੇ ਫਰੀਦ ਉਸਤਾਦ ਜੀ ਕਸਮ ਵਾਲੀ ਗੱਲ ਆਰਫ ਚਾਹ ਲੈ ਤੇ ਬੈਠੇ ਸੋਹਣੇ ਮਾਸ਼ਾਅੱਲਾ ਪੁਲਿਸ ਵਾਲੇ ਆਏ ਨੇ ਚਾਰ ਜਿਹੜੇ ਐਂ ਨਹੀਂ ਕਰਕੇ ਉਹਨਾਂ ਨੇ ਮੇਰਾ ਗੁੱਡ ਫੜਿਆ ਨਾਲ ਵੇਪ ਫੜੀ ਤੁਹਾਨੂੰ ਪਤਾ ਹੈ ਜੁਰਮ ਹੈਗਾ ਸ਼ੀਸ਼ਾ ਹੈ ਉਹ ਮੈਂ ਕਿਹਾ ਸ਼ੀਸ਼ਾ ਨਹੀਂ ਸਾਰਾ ਈ ਸਿਗਰਟ ਹੈ ਸਿਗਰਟ ਲੈਸ ਹੈਗਾ ਸਿਗਰਟ ਦੀ ਆਦਤ ਖਤਮ ਹੋ ਜਾਏਗੀ ਇਹਦੇ ਨਾਲ ਡਬਲ 45 2/3 ਦਾ ਪਰਚਾ ਹੁੰਦਾ ਇਹਦੇ ਫਿਰ ਅਸੀਂ ਦੱਸਿਆ ਸੀ ਕਹਿੰਦੇ ਜਾਨੀ ਸਾਹਿਬ ਦੇ ਨਾਲ ਹੁੰਦੇ ਆ ਉਹਨੇ ਵੀ ਕਿਹਾ ਮੈਂ ਵੀ ਕਿਹਾ ਮਿੰਤਰ ਲੈ ਕਰਕੇ ਉਸਤਾਦ ਜੀ ਮੈਂ ਪਹਿਲੇ ਸਿੱਧਾ ਹੋਣ ਲੱਗਾ ਸੀ ਉਹਨਾਂ ਨਾਲ ਮੈਂ ਕਿਹਾ ਪਤਾ ਨਹੀਂ ਕੇਜ਼ਾ ਕਰਨ ਡੇ ਮਜ਼ਾਕ ਕਰਨ ਡੇ ਫਿਰ ਉਹ ਮਜ਼ਾਕ ਨਹੀਂ ਸੀ ਸਾਰੀ ਸੀਰੀਅਸ ਯਾਰ ਤੁਹਾਨੂੰ ਇੱਦਾਂ ਦਾ ਕੋਈ ਕਾਨੂੰਨੀ ਪੇਚੀਦਗੀ ਦਾ ਸਾਹਮਣਾ ਹੋਵੇ ਤੁਸੀਂ ਫੌਰਨ ਅਬਾਸ ਨਾਲ ਰਾਬਤਾ ਕਰੋ ਹਾਂਜੀ ਉਹ ਕਿਉਂ ਇੰਨੀ ਦੇਰ ਮੈਂ ਅੱਗੋਂ ਕਿਹਦੇ ਨਾਲ ਕਰਨਾ ਪਾਗਲਾ ਤੂੰ ਇੰਨੀ ਦੇਰ ਜੇਲਾਂ ਕੱਟੀਆਂ ਤੈਨੂੰ ਕੋਈ ਪਤਾ ਨਹੀਂ ਭਾਈ ਵੇਬ ਤੋਂ ਨੀ ਉਹਨੂੰ ਫੜਿਆ ਪੁੱਛ ਤੇ ਲੈ ਉਹਨਾਂ ਨੇ ਕੋਈ ਹੋਰ ਮੁੱਦਾ ਕੱਢਣਾ ਸੀ ਵੇਬ ਦਾ ਤੇ ਬਣਨਾ ਸੀ ਮੂੰਹ ਤੋਂ ਆਏ ਸੀ ਉਹਨਾਂ ਨੇ ਕਿਹਾ ਇਹ ਵੇਬ ਨੀ ਹੋਰ ਹੀ ਚੱਕਰ ਨਹੀਂ ਨਹੀਂ ਮੇਰਾ ਇੱਕ ਯਾਰ ਹੈਗਾ ਉਸ ਨਾਲ ਰਾਬਤਾ ਕਰ ਲਓ ਇਹਦੇ ਮੂੰਹ ਦੇ ਪਿੱਛੇ ਚੋਰ ਨੂੰ ਕਹੇ ਸੀ ਨਾ ਉਹ ਲੱਭਦੇ ਫਿਰਦੇ ਸੀ ਨਹੀਂ ਨਹੀਂ ਉਸਤਾਦ ਜੀ ਮੇਰਾ ਇੱਕ ਯਾਰ ਹੈ ਉਹਦੇ ਨਾਲ ਰਾਬਤਾ ਕਰ ਲਓ ਉਹਨੂੰ ਸਵਾਲ ਦੇ ਨਾਲ ਉਸਤਾਦ ਜੀ ਸੱਚਾ ਵਾਕ ਗਿਆ ਮੇਰੇ ਭਾਂਜੇ ਦਾ ਫਰੀਦ ਲਕਸ਼ਾ ਪੜਿਆ ਗਿਆ ਤੇ ਉਸ ਸੈਕਟਰ ਦੇ ਵਿੱਚ ਮੈਂ ਗਿਆ ਵਾਂ ਮੇਰੇ ਭਾਂਜੇ ਨੇ ਮੈਨੂੰ ਗੱਲ ਕੀਤੀ ਮਾਮੂ ਰਕਸ਼ਾ ਫੜਿਆ ਗਿਆ ਜ਼ਰੂਰੀ ਤੂੰ ਗੱਲ ਲੱਗੇ ਜ਼ਰੂਰੀ ਤਰ ਉਹ ਮੇਰਾ ਹੁਣ ਭਾਂਜਾ ਕਹਿੰਦਾ ਮਾਮੂ ਰਕਸ਼ਾ ਫੜਿਆ ਗਿਆ ਤੇ ਆਉਣਾ ਤਰਾ ਮੈਂ ਹੁਣ ਉਹਦੇ ਉੱਧਰ ਗਿਆ ਵਾਂ ਤੇ ਫਰੀਦ ਉਹ ਜਿੰਨੇ ਵੀ ਵਾਰਡ ਨਾਲੇ ਨੇ ਨਾ ਸਾਰੇ ਜਣਾ ਕਰੈਕਟਰ ਉੱਥੇ ਜੱਫੀਆਂ ਪਾ ਕੇ ਮਿਲਦੇ ਪਏ ਨੇ ਜਾਨੀ ਸਾਹਿਬ ਦਾ ਸੁਣਾ ਯਾਰ ਬਾਕੀ ਸੁਣਾ ਟੀਮ ਠੀਕ ਹੈ ਉਹ ਹੈ ਸੈਲਫੀਆਂ ਲਈਆਂ ਤਸਵੀਰਾਂ ਤਸਵੀਰਾਂ ਲਈਆਂ ਮੈਂ ਕਿਹਾ ਯਾਰ ਭਾਂਜੇ ਦਾ ਰਕਸ਼ਾ ਸੀ ਤੁਹਾਡਾ ਭਾਂਜਾ ਸੀਗਾ ਯਾਰ ਤੂੰ ਉਦੋਂ ਦੱਸ ਯਾਰ ਉਹ ਕੋਈ ਕਹਿੰਦਾ ਕਹਿੰਦਾ ਯਾਰ ਦਾਣਾ ਸੀ ਉਹ ਖਾਤਾ ਜਿਹਾ ਘੱਟ ਦਿੱਤਾ ਵਾ ਤੇ ਸਾਹਿਬ ਗਏ ਆ ਰੋਣ ਤੇ ਉਹ ਜਦੋਂ ਆਉਣਗੇ ਅਸੀਂ ਫੈਸਲ ਸਾਹਿਬ ਤੁਹਾਨੂੰ ਰੂਮ 'ਚ ਭੇਜ ਦਾਂਗੇ ਮਗਰ ਹੀ ਅਸੀਂ ਆ ਜਾਵਾਂਗੇ ਚਲੋ ਅਸੀਂ ਰਿਕੁਐਸਟ ਕਰ ਦਾਂਗੇ ਠੀਕ ਮੈਂ ਕਿਹਾ ਠੀਕ ਹੋ ਗਿਆ ਯਾਰ ਮਿਹਰਬਾਨੀ ਤੇ ਇੰਨੀ ਦੇਰ ਨੂੰ ਉਹਨਾਂ ਰਜ਼ਵਾਨ ਸ਼ਾਹ ਸਾਹਿਬ ਦਾ ਮੇਰਾ ਦੋਸਤ ਬੜਾ ਅੱਛਾ ਉਹਦਾ ਮੈਨੂੰ ਫੋਨ ਆ ਗਿਆ ਕਿੱਥੇ ਮੈਂ ਕਿਹਾ ਯਾਰ ਇੰਜ ਕਰਕੇ ਭਾਂਜੇ ਦਾ ਰਕਸ਼ਾ ਫੜਿਆ ਗਿਆ ਕਿੱਥੇ ਹੈ ਕਿੱਥੇ ਮੈਂ ਕਿਹਾ ਉਹ ਕਹਿੰਦਾ ਮੈਂ ਕੋਲੋਂ ਹੀ ਲੰਘਣ ਡਿਆ ਉੱਥੇ ਮੈਂ ਇੱਕ ਮਿੰਟ ਬੈਗ ਆ ਰਿਹਾ ਤੁਸੀਂ ਯੂਟਰਨ ਲੈ ਕੇ ਵਾਪਸ ਆਇਆ ਅੰਦਰ ਸੈਕਟਰ ਕਿੰਨੇ ਫੜਿਆ ਰਕਸ਼ਾ ਕਿੰਨੇ ਫੜਿਆ ਰਕਸ਼ਾ ਕਿੰਨੇ ਫੜਿਆ ਵਾ ਮੈਂ ਕਿਹਾ ਉਹ ਸ਼ਾਹ ਜੀ ਮੈਂ ਲੈ ਲੈਣਾ ਹੈਗਾ ਰਕਸ਼ਾ ਕੋਈ ਐਸਾ ਇਸ਼ੂ ਨਹੀਂ ਹੈ ਤੇ ਉਹ ਕਰੈਕਟਰ ਕਹਿੰਦਾ ਯਾਰ ਇੱਕ ਮਿੰਟ ਸਬਰ ਤੇ ਕਰੋ ਤੁਸੀਂ ਉੱਚੀ ਬੋਲਣ ਡੇ ਹੈਗੇ ਹੋਰ ਕਹਿੰਦਾ ਹੋਰ ਮੈਂ ਤਾਂ ਕੀ ਕਰਾਂ ਤੂੰ ਮੁਲਾਜ਼ਮ ਹੈ ਸਾਡਾ ਅਸੀਂ ਟੈਕਸ ਦਿੰਦੇ ਹਾਂ ਉਹ ਕਹਿੰਦਾ ਯਾਰ ਤੂੰ ਬਾਹਰ ਹੋ ਤੂੰ ਕਿਹਨੂੰ ਕਹਿਣ ਡਿਆ ਕਹਿੰਦਾ ਤੂੰ ਕਿਹਨੂੰ ਕਿਹਾ ਅਦਬ ਨਾ ਬੋਲ ਤੂੰ ਨਹੀਂ ਆਪ ਕਹਿ ਮੈਨੂੰ ਆਪ ਉਹ ਕਹਿੰਦਾ ਫੈਸਲ ਸਾਹਿਬ ਅਦਾਲਤ ਚੋਂ ਰਕਸ਼ਾ ਲੈ ਲੈਣਾ ਪਰਸੋਂ ਕਹਿੰਦਾ ਮੇਰਾ ਪਿਓ ਲੱਗੇ ਜਿਹੜਾ ਰੱਖਿਆ ਲੈ ਜੀ ਉੱਥੋਂ ਯਾਰ ਉਹ ਮੇਰਾ ਕੰਮ ਜਿਹੜਾ ਨਾ ਬਣਿਆ ਬਣਾਇਆ ਅੱਗੇ ਉਹ ਜਿਹੜਾ ਕਸਟਮ ਵਾਲਾ ਸੀਗਾ ਨਾ ਕਸਟਮ ਵਾਲਾ ਉਹ ਵੀ ਕਹਿੰਦਾ ਮੈਂ ਗੱਡੀ 'ਤੇ ਜਾਣਾ ਵਾ ਉਸਤਾਦ ਜੀ ਉਸ ਬੰਦੇ ਨਾਲ ਬਹਿ ਕੇ ਨਾ ਕਿ ਸ਼ੋਅ ਕਰਨਾ ਤੁਸੀਂ ਰਜ਼ਵਾਨ ਸ਼ਾਹ ਨਾਲ ਸਿਰਫ ਉਸਤਾਦ ਜੀ ਸ਼ੋਅ ਕਰਨਾ ਹੈਗਾ ਤੁਸੀਂ ਨਹੀਂ ਸ਼ੋਅ ਮੈਂ ਕਰਨਾ ਤੇਰੇ ਚਾਚੇ ਦਾ ਜਿਹੜਾ ਪੀਟੀਆਈ ਦਾ ਉਹਨੂੰ ਫੜ ਕੇ ਲਿਆ ਕੇ ਇੱਥੇ ਲੈ ਉਹਨੂੰ ਉਸਤਾਦ ਜੀ ਉਹਨੂੰ ਵੀ ਲੈ ਆਉਂਦਾ ਅਤੇ ਉਹਨੂੰ ਰਜ਼ਵਾਨ ਨੂੰ ਅਤੇ ਉਹਨੂੰ ਉਸਤਾਦ ਜੀ ਕਸਮ ਖੁਦਾ ਦੀ ਦੋਵਾਂ ਦਾ ਬੜਾ ਫਰੇਮ ਰਲਦਾ ਜੀ ਬਸ ਉਹਨੂੰ ਦੋਵਾਂ ਲੈ ਫੜ ਕੇ ਉਸਤਾਦ ਜੀ ਹੋ ਕੇ ਕਰੋ ਲੈ ਉਹਦੇ ਚਾਚੇ ਨੂੰ ਭਾਗ ਕੇ ਨਾ ਅਤੇ ਮੈਂ ਸਾਹਮਣੇ ਤੈਨੂੰ ਭਾਗ ਤੇਰੇ ਮੈਂ ਕਹਿੰਦਾ ਜੀ ਨੂਨ ਲੀਗ ਦਾ ਫਿਰ ਮਜ਼ਾ ਲੈਣਾ ਸਿਰਫ ਕੋਈ ਬੰਦੇ ਬਗੈਰ ਐਸਾ ਨਹੀਂ ਸਿਰਫ ਉਹ ਬੰਦੇ ਦਾ ਤੁਸੀਂ ਇੱਕ ਦੇਖਣਾ ਨਿਜ਼ਾਮ ਕੀ ਹੈ ਫੈਸਲ ਭਾਈ ਨਾ ਲੈ ਕੇ ਆਇਓ ਤੁਹਾਨੂੰ ਪਤਾ ਵਾ ਜਿਹੜਾ ਇਸ ਦਫ਼ਤਰ 'ਚ ਆਉਂਦਾ ਵੈਸੇ ਵੀ ਮਿਲਣਾ ਹੋਵੇ ਉਹਨੂੰ ਕੰਮ 'ਤੇ ਰੱਖ ਲਿਓ ਉਹਨੇ ਵੀ ਆ ਕੇ ਕਹਿਣਾ ਮੈਨੂੰ ਸ਼ਗਿਰਦ ਕਰਾ ਦੇ ਕਿੰਨੇ ਚਾਚੇ ਪਰ ਉੱਧਰੋਂ ਉਹ ਭਾਈ ਨਹੀਂ ਜਿਹੜਾ ਕਹਿੰਦਾ ਅਸੀਂ ਕਮਰੇ 'ਚ ਜਾਣਾ ਅਤੇ ਅੰਦਰ ਗੱਲ ਹੁੰਦੀ ਹੋਣੀ ਠੀਕ ਆ ਫਿਰ 35,000 ਦੀ ਬੰਦਾ ਮਿਲਣ ਆਉਂਦਾ ਕੰਮ 'ਤੇ ਲੱਗਾ ਹੁੰਦਾ ਨਹੀਂ ਏਦਾਂ ਨਾ ਕਹਿ ਬਹੁਤ ਸਾਰੇ ਲੋਕ ਜਿਹੜੇ ਉਹ ਮੈਸੇਜ ਆਉਂਦੇ ਉਸਤਾਦ ਜੀ ਬੜੇ ਵਿਚਾਰੇ ਜੋਬਲੈਸ ਲੋਕ ਅਤੇ ਉਹ ਕਹਿੰਦੇ ਜਾਨੀ ਸਾਹਿਬ ਨਾਲ ਅਤੇ ਉਹ ਮੈਂ ਉਸਤਾਦ ਜੀ ਇਹ ਕਲੀਅਰ ਕਰੋ ਹਾਂ ਕਿ ਤੁਸੀਂ ਜਿੱਦਾਂ ਲੋਕ ਸਾਨੂੰ ਪਿਆਰ ਕਰਦੇ ਤੁਹਾਨੂੰ
लेकिन मैं कहना या अल्लाह इन्ना मतलब बहुत ज्यादा साड़ी मेरी कैपेसिटी तो बहुत ज्यादा हर बंद ने यही पता होंगे कि यार मैं कला ही कह रहा बहुत ज्यादा मसले खराब ने लेकिन उस्ताद जी है भी नरम दिल ने जेड़ा भी आंदा उन्हें रख लेंदे शिगिरद उस्ताद जी जेड़ा तुसी फैक्ट्री दे विच कहा सी नवा तुसी कहा सी मैं बंदे रखने हैं 150 बंदा कहा सी ना 150 नहीं 70 ते रख लिया तकरीबन 80 की दी है 80 की आहो 80 जेड़े तुहानू कहण उस्ताद जी रख लो उस्ताद जी बेल 70 किन्ने बंदे ने 80 तुसी कहा सी 80 बंदे जेड़ा रख लो उस्ताद जी जेड़ा भी है 80 हां बैठ बैठ दा नाल नहीं ओ तुसी रखने ਨੇ ਉਸਤਾਦ ਜੀ ਇਹਦੀ ਮਾਰਕੀਟਿੰਗ ਵਾਸਤੇ ਤੁਸੀਂ ਕਹਿ ਰਹੇ ਸੀ ਨਾ ਕੋਈ 25 ਬੰਦੇ ਚਾਹੀਦੇ ਹੈਗੇ ਨੇ ਇਹਦੀ ਮਾਰਕੀਟਿੰਗ ਆਹੋ ਨਹੀਂ ਮੈਂ ਆਪੇ ਕਰ ਲਾਂਗਾ ਅੱਛਾ ਸਹੀ ਉਹ ਜ਼ਰਾ ਇਹ ਵੀ ਕਹਿ ਰਿਹਾ ਸੀ ਕਹਿੰਦਾ ਮੈਂ ਕੋਈ ਚੀਜ਼ ਇਹਨਾਂ ਵੀ ਲਾਂਚ ਕਰਦਾ ਯਾਰ ਤੂੰ ਵੀ ਯਾਰ ਕੋਈ ਬੜਾ ਬਿਜ਼ਨਸ ਕਰੋ ਭਾਈ ਹਾਂਜੀ ਮੈਂ ਵੀ ਹੁਣ ਇਨਸ਼ਾਅੱਲਾ ਮੈਂ ਦੱਸੋ ਕੀ ਮੈਂ ਕੱਪੜਾ ਤਿਆਰ ਕਰਨਾ ਉਹ ਤੂੰ ਸਰਫ ਕਰ ਨਹੀਂ ਨਹੀਂ ਸਰਫ ਉਹ ਕੱਪੜਾ ਮੈਂ ਇਦਾਂ ਦਾ ਕਰਨਾ ਵੀ ਉਹ ਧੋਣਾ ਹੀ ਨਹੀਂ ਪਏਗਾ ਅੱਛਾ ਹਾਂਜੀ ਝਾੜ ਕੇ ਸਾਫ ਅੱਛਾ ਓਏ ਸ਼ੀਟ ਟੈਪ ਚ ਕੱਪੜਾ पूरी दुनिया चेंज हो गया निजाम पूरी दुनिया सीजर इस्तेमाल करने महल हुंदा बहुत वड्डा लखां दी फौज हाथी उहदे कोल नेज़े तलवारां यानी वड्डा लैवल ਉਹ ਬਾਦਸ਼ਾਹ ਦਾ ਉਹਦਾ ਨਾਂ ਪਤਾ ਨਹੀਂ ਸੀਜ਼ਰ ਹੀ ਹੁੰਦਾ ਉਹਦਾ ਇਦਾਂ ਦਾ ਕੋਈ ਨਾਂ ਸੀ ਫਿਲਮ ਦਾ ਸੀਜ਼ਰ ਬਾਦਸ਼ਾਹ ਜਾਂ ਸੀਜ਼ਰ ਉਹ ਨਾ ਕਰੈਕਟਰ ਜਿੱਥੇ ਖਲੋਂਦੇ ਨੇ ਨਾ ਬਾਹਰ ਬਾਲਕੋਨੀ ਤੇ ਆ ਕੇ ਆਪਣੇ ਮਹਿਲ ਦੇ ਤੇ ਖੁੱਲੀ ਜਗ੍ਹਾ ਤੇ ਸਾਹਮਣੇ ਨਾ ਇੱਕ ਨਿੱਕੀ ਜੀ ਬਸਤੀ ਆ ਉਹ ਚ 35 ਕੁ ਜਾਣੇ ਨੇ ਅੱਛਾ ਬਈ 73,000 ਹਮਲੇ ਕਰਦਾ ਉਹ ਬਸਤੀ ਨਹੀਂ ਪਤਾ ਹੁੰਦਾ ਓਏ ਯਾਰ ਫਰੀਦ ਖਾਨ ਉਥੋਂ ਬੰਦੇ ਚੁੱਕ ਚੁੱਕ ਕੇ ਮਹਿਲ ਚ ਮਾਰਦੇ ਹੋ ਉਹਨਾਂ ਕੋਲ ਇੱਕ ਸ਼ਰਬਤ ਹੁੰਦਾ ਵਾ ਲਾਲ ਜਿਹੇ ਰੰਗ ਦਾ ਕੋਈ ਕੋਈ ਗਿੱਦੜ ਸਿੰਘੀ ਟੈਪ ਉਹਨਾਂ ਕੋਈ ਚੀਜ਼ ਹੁੰਦੀ 30 ਕੇ ਜਾਣਿਆ ਕੋਈ ਵਿੱਚ ਬੱਚੇ ਬੁੱਢੀਆਂ ਨੀ 5-7-10 ਫੈਮਲੀਆਂ ਸਿਰਫ ਤੇ ਉਹਨਾਂ ਨੇ ਆਪਣਾ ਇੱਕ ਬਸਤੀ ਬਣਾਈ ਤੇ ਸਾਹਮਣੇ ਵੱਡਾ ਮਹਿਲ ਆ ਹਾਥੀ ਘੋੜੇ ਤੇ ਕੁੱਤਿਆਂ ਲਈ ਕੁੱਟ ਖਾ ਕੇ ਸਾਰੇ ਵਾਪਸ ਆਉਂਦੇ 35 ਕੇ ਜਾਣਿਆ ਕੋਈ ਤੇ ਬਾਦਸ਼ਾਹ ਪਿੱਟਦਾ ਫਿਰਦਾ ਵੀ ਇਹ ਕੌਣ ਨੇ ਸਮਝ ਆ ਰਹੀ ਗੱਲ ਦੀ ਯਾਰ ਕੀ ਮਜ਼ੇਦਾਰ ਤੇ ਫਨ ਉਹ ਕਹਿੰਦੇ ਕਹਿੰਦੇ ਹੁਣ ਆਪਸ 'ਚ ਬੈਠੇ ਸਾਰੇ ਕਹਿੰਦੇ ਹਾਂ ਵੀ ਆਇਆ ਹੀ ਫਿਰ ਕਿੰਨੇ ਹਾਥੀ ਆ ਕਹਿੰਦਾ ਜੀ 150 ਹਾਥੀ ਆ ਤਲਵਾਰਾਂ ਵਾ ਕਹਿੰਦਾ ਲਾ ਫਿਰ ਦੋ ਦੋ ਪੈਕ ਲਾ ਉਹ ਲਾਲ ਜਿਹਾ ਰੱਖਦਾ ਸ਼ਰਬਤ ਇੱਕ ਬੰਦੇ 'ਚ 250 ਬੰਦੇ ਜਿਹਦੀ ਜਾਣ ਆ ਜਾਂਦੀ ਉਹ ਸ਼ਰਬਤ ਪੀਂਦੇ ਨੇ ਵੀ ਯਾਰ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਜੋ ਹਾਥੀ ਚੁੱਕ ਚੁੱਕ ਮਾਰਦੇ ਯਕੀਨ ਕਰ ਤੇ ਬਾਦਸ਼ਾਹ ਉਹ ਪੂਰੀ ਫਿਲਮ ਕੀ ਮਜ਼ਾ ਕੀਤਾ ਨਿੱਕੀ ਜੀ ਬਸਤੀ ਨਹੀਂ ਪਤਾ ਹੁੰਦੀ ਉਹਦੇ ਕੋ ਉਹ ਕਹਿੰਦਾ ਪਤਾ ਕਰੋ ਤੇ ਰੌਲਾ ਕੀ ਆ ਉਹ ਫਿਰ ਪਤਾ ਲਵਾਉਂਦਾ ਕਿ ਭਾਈ ਉੱਥੇ ਸ਼ਰਬਤ ਉਹਨਾਂ ਕੋਈ ਕੋ ਪੀਂਦੇ ਨਾ ਤੇ ਉਹਨਾਂ 'ਚ ਬਹੁਤ ਜਾਨ ਆ ਜਾਂਦੀ ਹੈ ਯਾਰ ਉਹ ਕਿੱਦਾਂ ਫੜ ਕੇ ਲੱਤਾਂ ਤੋਂ ਹਾਥੀ ਘੁਮਾ ਘੁਮਾ ਬਾਦਸ਼ਾਹ ਦੇ ਮਹਿਲ ਵੱਲ ਮਾਰਦੇ ਓਏ ਹੋਏ ਹੋਏ ਮੇਰੇ ਮੌਲਾ ਯਾਰ ਉਹ ਫਿਲਮ ਹੋਵੇ ਨਾ ਉਹ ਇੱਕ ਬਾਦਸ਼ਾਹ ਹੁੰਦਾ ਵਾ ਬਸ ਸਮਝ ਆ ਗਈ ਨਾ ਯਾਰ ਕੋਈ ਹੋਵੇ ਨਾ ਇੱਦਾਂ ਦੀ ਫਿਲਮ ਮੈਨੂੰ ਉਹਦਾ ਨਾਂ ਜ਼ਰੂਰ ਦੱਸਣਾ ਯਾਰ ਤੁਹਾਡੀ ਮਿਹਰਬਾਨੀ ਰੇਸ ਕਰਾਉਂਦਾ ਵਾ ਤੇ ਆਪ ਵਿੱਚ ਦੌੜਦਾ ਜਿਹੜਾ ਅੱਗੇ ਹੁੰਦਾ ਉਹਨੂੰ ਗੋਲੀ ਮਾਰ ਆਪ ਫਸਟ ਆ ਜਾਂਦਾ ਮੈਂ ਤੁਹਾਨੂੰ ਦੱਸਾਂ ਅਸੀਂ ਕੁਛ ਵੀ ਨੀ ਕਾਮੇਡੀਅਨ ਹੈਗੇ ਵੱਡੇ ਤੋਂ ਵੱਡੇ ਵੀ ਸਾਡੇ ਜਿਹੜਾ ਗੋਰੇ ਦੀ ਕਾਮੇਡੀ ਆ ਓਏ
जिन चीज कहने ना यार है कि बकवास शूट करता मैं तुम दस रहा ना मिस्टर बीन हाँ साढ़े ना एक एक लैवल बस इतने तक उस तो अगली यानी छोड़ू पुणे की इंतहा जी ना उन्होंने शूट करके दिखाते हैं भाजी उन्होंने पिंक पैंथर फिल्म देख एक पिंक पैंथर कार्टून ना एक पिंक पैंथर मूवी आ मूवी आ करैक्टर देखी तू गंजा जहा बई तू मूवी च उस पुलिस वाला हों तो हरकत चेक करनी तू हरकत चेक वो मैं क्लिप भी डबिंग की थोड़ा कहना नहीं मुलजम बना आता तो अंदर बैठा था मुलजम वह आता करैक्टर तो नाल एड्डी एक मशीन फड़ी होंगी जी करंट लाने वाली मुलजम जिन्हें मनाई दा कहता ये की है कहता वह साह सुख कह की है कहना चाहल ये मुलजम मना वाली मशीन आ कहता की करी दी है दसदा तेन कहता कभी तेन पता नहीं लगा तेन कहता इन चोरिया की तेन ये नहीं पता मशीन की है आ दे एक इधर लाई दी है लाल इधर लाई दी है उत्तों ये करैक्टर उड़ जाता आप ही यार चोर टैप बंदे ने आना पहले इन्हें नुक्कर ते छत ते आ करके ना इंज खलोता फड़न ले खलोता आ करके तू आके इत्थे हुंदा वा ना ते इत्थे डिग पैंदा पिछे ओदे दड़ैप थले डिगदा ते कदों ओदा लटकिया उत्ते भी ओना ते मैं फड़ना ते ओ टाइमिंग ओदे पै जांदी ओ अगे ना गे जांदा वा ते छाल मार के पिछे जमीन ते आ नक वजदा थले ते उठ के एकदम ओछा कटदा भी नहीं यार कुड़ी नाल गल्लां कर रहा उहनूं कहिंदा ऐ तार फड़ी बिजली दी कैंची अच फड़ी ते उहनूं कहिंदा ओह गल्लां कर रहा हुण ते कुड़ी कहिंदी की कहिंदा मैं मतलब वड्डियां छड रहा कोई ते करदे करदे ना कैंची रहिण हुण दोवें तारां हुंदियां ना ते कैंची नाल जदों कटदा ते पैंदा कहिंदा बांह सौ गई थे कहता और तस्वीर सुबह ना उत्थे लाउणी उधर वेखदे कहता तू इंज वेखदी ते करदा ओके यार तू पिंक पैंथर फिल्म वेखनी है ओए होए होए की यार गोरा देख हुण मेरी गल सुन तां मैं टैक्निकल गल दसदा तुसी स्क्रिप्ट राइटर हो मेरे ना बड़ी बारी इदां होया कि मैं चैनल च गया ये नहीं कि भी मैं शुरू तो यूट्यूब चैनल बना लिया मैं इस तो पहले बहुत धक्के खाधे ने मेरी सारी स्ट्रगल जी ना 15-16 साल की वह इदा जाया हुई है कि मैं जाके तेनों क्या हूँ अज लोग कहते ना यार ट्रेंड नवी चीज़ कोई ना कोई शूट करते रहते मैं इदा लैके जाना सी अगे जे वे 8 लख 9 लख तनखा 10 लख तनखा डायरैक्टर प्रोग्राम वे ये की इन्ना की होना मैं जाके दसदा जो कहते नहीं अच्छा देखेंगे करेंगे ठीक है ना मैं वाह फारक 10-12 साल मैं इदा वो जो कहते मेरी समझ नहीं मैं उन्होंने कहना सी इदा कर दे मेरे जेन चा कोई नहीं मनता ना कुछ सुनता ना कुछ देखता फारक सारे वो इदा दल्ला होंदिया जिदा दी मैं तुम दसन वो कहते हूँ अच्छा हूँ एक स्क्रिप्ट हों स्क्रिप्ट लिखा हों कापी तो समझ आँगी कि भी आ लिखे हूँ मिस्टर बीन का एक क्लिप आ के वह ना सैनमे मूवी देख रहा तो नाल पॉपकॉर्न खा रहा एक क्लिप है हूँ पॉपकॉर्न खा रहा तो डरावनी फिल्म लगी तो नाल उहदे कोल दी उह गर्लफ्रेंड बैठी है नाल सैनमे च होर लोकी बैठे तो पॉपकॉर्न खा रहा तो हुण हौली हौली ना एकदम कुड़ी कुड़ी दा कैमरा मारदे कुड़ी इंज उहदे वल देखदी चीक मार दिंदी तो जदों उहनूं दिखाउंदे ना तो उहने इत्थे दोवें पॉपकॉर्न लै के ना तो दो कन्नां च लै आंदे ते ऐ कर रहा यार क्या कहते ठहर आ रही गल दी हुण उह कुड़ी दे डरन ते उहनां ने जदों उहदा रिएक्ट दिखाया तो उहने दो पॉपकॉर्न नक्क च लए ने दो कन्नां च लए ने ते ऐ नक्क च लै के ना दो इत्थे फसाए इंज इत्थे फसा के उह डर गई तो फिर है करके ना आइटम कर रहे तो हूँ वो हाथ ना पॉपकॉर्न का व्डा डब्बा वा तो उधरों ना हूँ सस्पेंस शुरू है तो हाथ कंबल लग पड़े तो फुले तह जान लग पे वो टुक 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 तो वो अच्छे पूरे तह जा रहे हैं ठीक है हूँ एक मिसाल है ये स्क्रिप्ट मैं लिखदा वा यानी पहले नहीं है मैं की लिखागा मिस्टर बीन एक करैक्टर सैनमे में मूवी देख रहा है उसके हाथ में पॉपकॉर्न है साथ में उसकी गर्लफ्रेंड बैठी है स्क्रिप्ट मैं स्क्रीन प्ले लिख रहा हूँ गर्लफ्रेंड बैठी है और मैं वो गर्लफ्रेंड पे कैमरा जाता है क्लोज तो गर्लफ्रेंड मिस्टर बीन की तरफ देखती है तो एकदम डर जाती है तो जब कैमरा मिस्टर बीन पे जाता है तो उसने दो पॉपकॉर्न नाक में लिए हैं दो दांतों में लिए और उसको डरा रहा है हूँ यही लिखागा ना मैं स्क्रिप्ट तो यही लिखा जो किसी ने पढ़ना ना उन्हें तेन जुत्तियाँ मारनी उन्हें कहना की लिख के लिया
कुछ स्क्रिप्ट नक च पॉपकॉर्न लै ले दंदा च पॉपकॉर्न लै ले बेवकूफ समझा हमने इतना बड़ा हमारा चैनल है मिच्योर स्टोरी मिच्योर च लेके आओ वह जो अगले करके दिखाते ना फिर पता इतने सारे इन्हों की अप्रोच नहीं गई उत्थे तक अप्रोच नहीं गई किसी की कि जरा समझ सके कि गेम कितने जाके गेम ऑन हो सकती है एक किताबी जी कॉमेडी सारे जिन्हें ने ना वे चैनल इस टाइम बैठे एक्सपीरियंस न थी बिल्कुल जीरो ते सिर्फ मैस कम्युनिकेशन ते ये वो ते बस किताबी प्रैक्टिकली एक्सपीरियंस है नहीं मार नहीं खाधी किसी डायरेक्टर ना भी साल किसी राइटर ना बह के 15-15 साल मार नहीं खाधी सीधे यूनिवर्सिटी चो निकले आके बह गए मैं नैश कम्युनिकेशन कर लिया ठीक है उत्थे हुण एक अताई बंदा जा रहा है जिन्हों अता हुंदी है उहदी उहनूं गल नहीं समझ आउणी जो फिर वो अपना कुछ करता वा फिर मगर मगर ये प्रोग्राम इससे खरीदो जो ये यूट्यूब के कर रहा है समझ आ रही हाँ। अच्छा सर जी वैसे गोरियां दे राइटर्स जेड़े हुंदे ने पाजा नो बहुत अगली दुनिया ने किने किने राइटर हुंदे भला चार तीन तो चार कॉमेडी कॉमेडी फिल्म गोरे ने कभी एक राइटर ना नहीं बनाई कॉमेडी नो इन्ना क सीरीयस मैटर समझदा वा कॉमेडी नो इन्ना को ब्रीक काम समझदा वा वो कहिंदा कि जिड्डी मर्जी वड्डी सीरीयस फिल्म एक्शन फिल्म एक राइटर ना बना लो कॉमेडी दो तो तीन राइटर कम अज कम चार चार राइटर होंगे ने कॉमेडी फिल्म दे पूरा पैनल पूरा मिस्टर बीन का तू राइटर दे विच वेखी तीन चार नाम लिखे 15 मिनट का क्लिप आ मिस्टर बीन का ते तू जो वेखी क्रैडिट्स दे विच वेखी राइटर दो तो तीन होणगे जिहड़े मिलके बह के काम करते हैं इत्थे राइटर नूं कह एक्टर थोड़ी जी लाइन अच्छी बोलते पहले तो राइटर पिछों ये सर ये लाइन आप चेंज नहीं कर सकते ये मैंने अपने हिसाब से लिखी सारे कहेंगे कि यार लैन तेरे लिखी नालों अच्छी है वो कहेगा नहीं मेरी लैन को बदली भी चंगा काम नहीं मैं होन देना सही गल मेरी नहीं रहिंदी कि लोकी कहेंगे भी है समझ आ रही गल दी हां जी अपनी स्टोरी अच्छा यार वो वेखिया सी जिहड़ा कहिंदा उस्ताद जी वो क्लिप तुसीं मैनूं भेजिया सी वो जिहड़ा तीर मारदा ते नाम दस दे तीर बारे कहिंदा आई एम जॉन आओ कहिंदा आई एम सॉरी इदां दे बड़े ने बड़ा ओने गोरा बहुत बहुत वड्डा कर जिहड़ियां फिल्मां तो मुतासर गोरियां दीआं कोई यानी लोक तुहाडे मैं तुहानूं कहिंदा ना क्लिप दिखावांगा छोटे छोटे मैं सारे कढांगा अद्धे अद्धे मिंट दे मैं तुहानूं सीन दिखावांगा कि दसो ए किहड़ी कॉमेडी है कॉमेडी तौबा चार्ली साहब हां चार्ली साहब आया वेखा आ सॉरी तुहाडी गल कटना चार्ली साहब ओहदे चो शेर वाले पिंजरे च इंटर होए आहो आहो ਬਈ ਸੁਭਾਨ ਅੱਲਾ ਨਹੀਂ ਸਕ੍ਰਿਪਟ ਬੜਾ ਬੜਾ ਇਹਨੂੰ ਅਸੀਂ ਕਾਗਜ਼ ਤੇ ਲਾਈਏ ਨਾ ਤੇ ਮੇਰਾ ਖਿਆਲ ਹੈ ਦੀਆਂ ਕੋਈ 20 ਲਾਈਨਾਂ ਬਣ ਕੇ ਵੱਧ ਤੋਂ ਵੱਧ ਲੇਕਿਨ ਜੇ ਉਹਨੂੰ ਤੁਸੀਂ ਐਕਟ ਕਰਵਾਉਣਾ ਵਾ ਤੇ ਐਕਟ ਕਰਾਉਣਾ ਨਹੀਂ ਸਾਡੇ ਇੱਥੇ ਸਾਡੀ ਇੱਥੇ ਕਾਮੇਡੀ ਇਹ ਹੈਗੀ ਉਹ ਗੱਲਬਾਤ ਨਹੀਂ ਹੈਗੀ ਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਯਾਰ ਕੋਈ ਵੀ ਗਲਤੀ ਗੁਸਤਾਖੀ ਹੋ ਜਾ ਕਰੇ ਨਾ ਗੱਲ ਦੇ ਵਿੱਚ ਕੋਈ ਵੀ ਗੱਲ ਹੋ ਜਾ ਕਰੇ ਤੇ ਯਾਰ ਉਹਨੂੰ ਅੱਲਾ ਵਾਸਤੇ ਮਾਫ਼ ਕਰ ਦਿਆ ਕਰੋ ਤੁਹਾਡੀ ਮਿਹਰਬਾਨੀ ਹੈ ਤੇ ਇਹ ਨਾ ਸਮਝਿਆ ਕਰੋ ਕਿ ਅਸੀਂ ਇਰਾਦਾ ਤਨ ਕਰ ਰਹੇ ਹਾਂ ਤੇ ਗਲਤੀ ਹੋ ਜਾਂਦੀ ਸਾਡੇ ਕੋਲ ਅਸੀਂ ਫਿਲਮ ਦੀ ਗੱਲਬਾਤ ਕਰਦੇ ਹਾਂ ਤੁਹਾਡੀ ਮਿਹਰਬਾਨੀ ਯਾਰ ਉਹਨੂੰ ਦਰਗੁਜ਼ਰ ਕਰ ਦਿਆ ਕਰੋ ਸਮਝਾ ਲਿਆ ਕਰੋ ਵੈਸੇ ਹੀ ਬਿਲਕੁਲ ਤੇ ਆਪਣਾ ਬਹੁਤ ਖਿਆਲ ਰੱਖਿਓ ਤੇ ਸਾਡੇ ਲੋਕਾਂ ਨੇ ਇੰਨੀ ਦੁਆ ਕੀਤੀ ਪਾਕਿਸਤਾਨ ਵਾਸਤੇ ਖਾਸ ਤੌਰ 'ਤੇ ਮੈਂ ਸਕਰੀਨਸ਼ੋਟ ਲਏ ਸੀ ਸਾਡੇ ਇੰਡੀਅਨ ਵੀਰ ਜਿਹੜੇ ਉਹਨਾਂ ਨੇ ਕਿਹਾ ਕਿ ਭਾਅ ਜੀ ਅਸੀਂ ਦੁਆ ਕਰਦੇ ਹਾਂ ਕਿ ਪਾਕਿਸਤਾਨ ਨੂੰ ਰੱਬ ਇੱਦਾਂ ਇੱਦਾਂ ਦੇ ਤਾਂ ਮੈਨੂੰ ਬੜੀ ਖੁਸ਼ੀ ਹੋਈ ਤੇ ਬਸ ਦੁਆ ਕਰੋ ਸਾਰਿਆਂ ਨੂੰ ਅੱਲਾ ਇਸ ਟਾਈਮ ਇੰਡੀਆ ਪੰਜਾਬ ਦੇ ਵਿੱਚ ਵੀ ਜਿਹੜਾ ਨਾ ਬੜੇ ਮਸਲੇ ਬਣੇ ਨੇ ਬੜੀਆਂ ਹੋ ਰਿਹਾ ਉੱਥੇ ਵੀ ਰੱਬ ਜਿਹੜਾ ਆਪਣੀ ਰਹਿਮਤ ਕਰੇ ਸਾਡੇ ਵੀ ਕਰੇ ਬਸ ਦੁਆ ਕਰਿਆ ਕਰੋ ਤੇ ਆਪਣਾ ਖਿਆਲ ਰੱਖੋ ਤੇ ਕੱਲ੍ਹ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਅੱਲਾ ਹਾਫਿਜ਼।